ਡਾਕਟਰ ਅਮਰਜੀਤ ਸਿੰਘ ਗੋਰਖੀ ਦਾ ਨੋਵਲ ਜਿੱਥੇ ਗਈਆਂ ਬੇੜੀਆਂ ਦੂਸਰਾ ਭਾਗ ਸਤਵਾਂਗ। ਬਾੜੇਵਾਲ ਦਾ ਭਰਪੂਰ ਸਿੰਘ ਉਸ ਦਿਨ ਆਪਣੇ ਬਾਪ ਨਾਲ ਰੁੱਸ ਕੇ ਆਇਆ ਸੀ, ਜਿਸ ਦਿਨ ਆਰੀਆ ਕਾਲਜ ਦੀ ਹੜਤਾਲ ਨੂੰ ਹੋਰ ਗਰਮ ਕਰਨ ਲਈ ਕਮਿਊਨ 'ਚ ਰੱਖੀ ਗਈ ਮੀਟਿੰਗ ਮੁਲਤਵੀ ਕਰਕੇ ਸਿਟੀ ਹੋਸਟਲ 'ਚ ਰੱਖੀ ਗਈ ਸੀ। ਭਰਪੂਰ ਨੂੰ ਇਸ ਮੀਟਿੰਗ ਦਾ ਪਤਾ ਨਹੀਂ ਸੀ, ਹੁੰਦਾ ਵੀ ਸਹੀ ਤਾਂ ਵੀ ਉਹਨੂੰ ਇਸ ਮੀਟਿੰਗ ਵਿੱਚ ਸੱਦਿਆ ਹੀ ਨਹੀਂ ਗਿਆ। ਇਹ ਮੀਟਿੰਗ ਸਿਰਫ ਵੱਡੇ ਲੀਡਰਾਂ ਦੀ ਮੀਟਿੰਗ ਸੀ ਜਾਂ ਇਹਦੇ ਵਿੱਚ ਤੇਜਾ ਸਿੰਘ ਅਤੇ ਭੁਪਿੰਦਰ ਸਹਿਗਲ ਨੂੰ ਸੱਦਿਆ ਗਿਆ ਸੀ। ਇਸ ਤਰ੍ਹਾਂ ਦੀ ਗੁਪਤ ਅਤੇ ਛੋਟੀ ਮੀਟਿੰਗ ਅਗਲੇ ਦਿਨ ਲਈ ਪ੍ਰੋਗਰਾਮ ਬਣਾਉਣ ਲਈ ਰੱਖੀ ਗਈ ਸੀ। ਕੁੰਦਨ ਨੇ ਇਸ ਮੀਟਿੰਗ ਵਿੱਚ ਕਾਲਜ ਦੀ ਸੜਕ ਵੱਲੋਂ ਨਹੀਂ ਸਗੋਂ ਪਿਛਲੇ ਬੂਹਿਆਂ ਅੰਦਰ ਆਉਣਾ ਸੀ। ਜਿਹੜੀ ਰਾਸ ਸਿਟੀ ਹੋਸਟਲ ਦੇ ਕਮਰੇ 'ਚ ਕਾਮਰੇਡਾਂ ਨੇ ਰਚਾਈ, ਉਹਦਾ ਭਰਪੂਰ ਨੇ ਸਵੇਰੇ ਉੱਠ ਕੇ ਹੀ ਪਤਾ ਲੱਗਾ। ਰਾਤੀ ਉਹ ਗੁਰਨਾਮ ਰਾਹੀ ਦੇ ਘਰੇ ਰਿਹਾ, ਉੱਥੇ ਰੋਟੀ ਖਾਧੀ ਅਤੇ ਸਵੇਰੇ ਕਾਲਜ ਆ ਗਿਆ। ਇੱਕੋ ਪਿੰਡ ਦਾ ਪਿੱਛਾ ਹੋਣ ਕਰਕੇ ਪਾਕਿਸਤਾਨ ਬਣਨ ਤੋਂ ਬਾਅਦ ਇੱਧਰ ਆ ਕੇ ਵੀ ਉਹਨਾਂ ਦੀ ਦੋਸਤੀ ਕਾਇਮ ਰਹੀ ਸੀ। ਅੱਜ ਆਪਣੇ ਬਾਪ ਨਾਲ ਲੜ ਕੇ ਆਉਣ 'ਤੇ ਭਰਪੂਰ ਨੂੰ ਗੁਰਨਾਮ ਨੇ ਢੋਈ ਦਿੱਤੀ ਸੀ। ਅੱਜ ਜਦੋਂ ਦੋਵੇਂ ਕਾਲਜ ਆਏ ਤਾਂ ਉੱਥੇ ਕੇਵਲ ਵਰਮਾ ਉਹਨਾਂ ਦੀ ਉਡੀਕ ਪਿਆ ਕਰਦਾ ਸੀ। ਰਾਤ ਦਾ ਫੈਸਲਾ ਤਿਆਰੀਆ ਕਾਲਜ ਬਾਰੇ ਸੀ, ਪਰ ਹਮਦਰਦੀ ਵਜੋਂ ਗੌਰਮੈਂਟ ਕਾਲਜ ਵਿੱਚ ਵੀ ਨਾਅਰੇ ਲਗਾਉਣੇ ਸਨ। ਕੇਵਲ ਨੇ ਉਹਨਾਂ ਨੂੰ ਇੱਕ ਲਵੰਜੇ ਲਿਜਾ ਕੇ ਸਮਝਾ ਦਿੱਤਾ। ਅਜੀਤ, ਸਹਿਗਲ, ਰਵੀ ਅਤੇ ਫੈਡਰੇਸ਼ਨ ਦੇ ਹੋਰ ਲੀਡਰਾਂ ਨੇ ਸਿਰਫ ਦੋ ਪੀਰੀਅਡਾਂ ਦੀ ਹੜਤਾਲ ਦਾ ਸੱਦਾ ਦਿੱਤਾ ਸੀ। ਪਹਿਲਾਂ ਉਹਨਾਂ ਕਲਾਸਾਂ 'ਚ ਜਾਣਾ ਸੀ ਜਿਹੜੀਆਂ ਇਹਨਾਂ ਲੀਡਰਾਂ ਦੀਆਂ ਕਲਾਸਾਂ ਸਨ, ਪਰ ਬਾਹਲਾ ਤਰੱਦਤ ਕਰਨ ਦੀ ਲੋੜ ਹੀ ਨਹੀਂ ਪਈ। ਕੁਆਡਰੈਂਗਲ ਦੇ ਬਾਹਰਲੇ ਪਾਸੇ ਖਲੋ ਕੇ ਦੋ ਚਾਰ ਨਾਅਰੇ ਲਾਉਣ ਨਾਲ ਹੀ ਸਾਰੇ ਵਿਦਿਆਰਥੀ ਇਕੱਠੇ ਹੋ ਗਏ ਅਤੇ ਸਟੂਡੈਂਟ ਯੂਨਿਟੀ, ਜ਼ਿੰਦਾਬਾਦ, ਹਮਾਰੀ ਮੰਗੇ ਪੂਰੀ ਕਰੋ ਵਗੈਰਾ ਨਾਅਰੇ ਲਾ ਕੇ ਦੋ ਪੀਰੀਅਡ ਦੀ ਹੜਤਾਲ ਲਈ ਰਵੀ ਨੇ ਪੌੜੀਆਂ 'ਚ ਖਲੋ ਕੇ ਤਕਰੀਰ ਦਿੱਤੀ ਅਤੇ ਦੋ ਪੀਰੀਅਡ ਦੀ ਹੜਤਾਲ ਦਾ ਸੱਦਾ ਦਿੱਤਾ ਤਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਗੂੰਜਣ ਲੱਗ ਪਏ। ਹੜਤਾਲ ਦੋ ਪੀਰੀਅਡ ਦੀ ਥਾਂ 'ਤੇ ਸਾਰੇ ਦਿਨ ਦੀ ਹੜਤਾਲ 'ਚ ਬਦਲ ਗਈ। ਮੁੰਡੇ ਤਾਂ ਅੱਗੇ ਹੀ ਪੜ੍ਹ ਕੇ ਰਾਜ਼ੀ ਨਹੀਂ ਸੀ। ਕੇਵਲ ਵਰਮਾ ਨੇ ਹੜਤਾਲ ਦਾ ਮਕਸਦ ਸਮਝਾਇਆ, ਆਰੀਆ ਕਾਲਜ ਦੀ ਹੜਤਾਲ ਦੀ ਗਰਮੀ ਦਾ ਜ਼ਿਕਰ ਕਰਕੇ ਵਿਦਿਆਰਥੀਆਂ ਨੂੰ ਗਰਮਾਇਆ, ਫਿਰ ਨਾਅਰੇ ਲਾਉਂਦਿਆਂ ਨੇ ਕਾਲਜ ਦਾ ਇੱਕ ਚੱਕਰ ਕੱਟਿਆ। ਜਲੂਸ ਬਾਹਰ ਨਿਕਲ ਗਿਆ। ਗੁਰਨਾਮ ਦੇ ਮਨ ਅੰਦਰ ਜਿਹੜੀ ਤਕਰੀਰ ਉਸਲ ਵੱਟੇ ਲੈਂਦੀ ਪਈ ਸੀ, ਉਹ ਤਕਰੀਰ ਕਰਨ ਦਾ ਉਹਨੂੰ ਮੌਕਾ ਹੀ ਨਹੀਂ ਮਿਲਿਆ। ਨਹੀਂ ਤਾਂ ਉਹਨੂੰ ਪਤਾ ਸੀ ਕਿ ਉਹ ਆਪਣੀ ਤਕਰੀਰ ਨਾਲ ਕਾਲਜ ਦੀ ਇਮਾਰਤ ਨੂੰ ਵੀ ਗਰਮਾ ਸਕਦਾ ਸੀ। ਹੁਣ ਜਦੋਂ ਮੁੰਡੇ ਖਿੰਡ ਪੁੰਡ ਗਏ, ਟੱਕ ਸ਼ਾਪ 'ਚ ਜਾਵੜੇ, ਲਾਇਬ੍ਰੇਰੀ 'ਚ ਚਲੇ ਗਏ, ਸਾਈਕਲਾਂ ਚੁੱਕ ਕੇ ਘਰਾਂ ਨੂੰ ਪਰਤ ਗਏ, ਕੁਝ ਆਰੀਆ ਕਾਲਜ ਦੇ ਜਲੂਸ 'ਚ ਸ਼ਾਮਲ ਹੋਣ ਲਈ ਤੁਰ ਪਏ ਤਾਂ ਗੁਰਨਾਮ ਅਤੇ ਭਰਪੂਰ ਹਾਕੀ ਗਰਾਊਂਡ ਦੇ ਪਰਲੇ ਸਿਰੇ 'ਤੇ ਕਾਪੀਆਂ ਆਪਣੇ ਹੇਠਾਂ ਰੱਖ ਕੇ ਬੈਠ ਗਏ। ਭਰਪੂਰ ਨੂੰ ਉਹਦੇ ਪਿਤਾ ਨੇ ਘੂਰ ਦਿੱਤਾ ਸੀ ਜਦੋਂ ਭਰਪੂਰ ਨੇ ਆਪਣੀ ਮਾਂ ਨੂੰ ਕੁੱਟ ਪੈਂਦੀ ਦੇਖ ਕੇ ਪਿਤਾ ਦਾ ਹੱਥ ਫੜ ਲਿਆ ਸੀ। ਭਾਵੇਂ ਭਰਪੂਰ ਦਾ ਬਾਪ ਵੀ ਕਾਮਰੇਡ ਸੀ, ਪਰ ਔਰਤ ਬਾਰੇ ਉਹਦੀ ਬਿਰਤੀ ਪੇਂਡੂਆਂ ਵਰਗੀ ਸੀ। ਕੁੱਟ ਕਟਾਪਾ ਕਈ ਵਾਰੀ ਹੁੰਦਾ ਸੀ, ਪਰ ਉਸ ਦਿਨ ਜਦੋਂ ਭਰਪੂਰ ਨੇ ਅੱਗੇ ਹੋ ਕੇ ਆਪਣੇ ਬਾਪ ਦਾ ਹੱਥ ਫੜ ਲਿਆ ਸੀ, ਉਸ ਨੂੰ ਆਪਣੀ ਮਾਤਾ ਦੀ ਗੁੱਤ ਪੁੱਟੀਂਦੀ ਨਹੀਂ ਸੀ ਸਹਿ ਸਕਿਆ। ਬਾਪ ਨੇ ਉਹਦਾ ਹੱਥ ਛੱਡ ਦਿੱਤਾ ਸੀ, ਪਰੇ ਹਟ ਜਾ, ਅਤੇ ਜਦੋਂ ਭਰਪੂਰ ਨਹੀਂ ਸੀ ਮੁੜਿਆ ਤਾਂ ਉਹਦੇ ਬਾਪ ਨੇ ਭਰਪੂਰ ਨੂੰ ਥੱਪੜ ਮਾਰਿਆ ਸੀ। ਕੰਜਰਾ ਹਟਦਾ ਕਿ ਨਹੀਂ, ਰੋਜ਼ ਤਮਾਸ਼ਾ ਬਣਾ ਲੈਣਾ। ਪਹਿਲਾਂ ਤਾਂ ਭਰਪੂਰ ਦਾ ਬਾਪ ਉਹਦੇ ਦਖਲ 'ਤੇ ਹੈਰਾਨ ਹੋਇਆ ਸੀ, ਅਤੇ ਫਿਰ ਕ੍ਰੋਧ 'ਚ ਆ ਕੇ ਉਹਨੇ ਭਰਪੂਰ ਨੂੰ ਘਰੋਂ ਨਿਕਲ ਜਾਣ ਲਈ ਕਹਿ ਦਿੱਤਾ ਸੀ। ਨਿਕਲ ਜਾ ਮੇਰੇ ਘਰੋਂ ਵੱਡਾ ਸਾਨ। ਇਸ ਹੱਥਾਂ ਪਾਈ 'ਚ ਬਾਪ ਦੀ ਪੱਗ ਢਹਿ ਪਈ, ਮਾਤਾ ਦੀ ਚੁੰਨੀ ਪੈਰਾਂ 'ਚ ਆ ਗਈ। ਭਰਪੂਰ ਦੀ ਮਾਤਾ ਵੀ ਅੱਗੋਂ ਹੱਥ ਕੱਢ ਕੱਢ ਕੇ ਗਾਲਾਂ ਕੱਢਦੀ ਰਹੀ, ਵੀ ਤੇਰਾ ਕੱਖ ਨਾ ਰਹੇ, ਤੇਰੇ ਹੱਥ ਟੁੱਟ ਪੈਣ, ਵੱਡਾ ਕਾਮਰੇਡ ਬਣਿਆ ਫਿਰਦਾ। ਇੱਕ ਮਿਹਣਾ ਭਰਪੂਰ ਨੂੰ ਚੁਭਿਆ ਸੀ ਤੇ ਕਾਮਰੇਡ ਇਹ ਮਿਹਣਾ ਭਰਪੂਰ ਨੂੰ ਚੁਭਿਆ ਸੀ ਤੇ ਕਾਮਰੇਡ ਭਰਪੂਰ ਨੇ ਕਾਮਰੇਡ ਕਰਤਾਰ ਸਿੰਘ ਦਾ ਹੱਥ ਫੜ ਲਿਆ ਸੀ ਤੇ ਥੱਪੜ ਖਾ ਕੇ ਘਰੋਂ ਬਾਹਰ ਨਿਕਲ ਆਇਆ ਸੀ। ਸ਼ਹਿਰ ਆ ਕੇ ਉਹਨੇ ਆਪਣਾ ਸਾਈਕਲ ਗੁਰਨਾਮ ਹੋਰਾਂ ਦੇ ਕਰੀਮਪੁਰੇ ਵਾਲੇ ਘਰ ਦੀ ਡਿਉੜੀ 'ਚ ਰੱਖਿਆ ਸੀ ਤੇ ਰਾਤ ਉਹਨਾਂ ਦੇ ਘਰ ਹੀ ਕੱਟੀ ਸੀ। ਹੁਣ ਜਦੋਂ ਕਾਲਜ 'ਚ ਕੋਈ ਟਾਵਾਂ ਟਾਵਾਂ ਮੁੰਡਾ ਹੀ ਰਹਿ ਗਿਆ ਸੀ ਤਾਂ ਭਰਪੂਰ ਆਪਣਾ ਦੁੱਖੜਾ ਪਿਆ ਰੋਂਦਾ ਸੀ। ਮਾਤਾ ਦੀ ਬੇਇੱਜ਼ਤੀ ਦੀ ਗੱਲ ਦੇ ਨਾਲ ਔਰਤ ਜ਼ਾਤ ਨੂੰ ਬਚਾਉਣ ਲਈ ਕਾਮਰੇਡੀ ਫਰਜ਼ ਦੀ ਗੱਲ ਕਰਦਾ ਰਿਹਾ ਸੀ। ਗੁਰਨਾਮ ਹੈਰਾਨ ਸੀ ਕਿ ਕਾਮਰੇਡ ਹੋ ਕੇ ਭਰਪੂਰ ਦੇ ਬਾਪ ਨੇ ਆਪਣੀ ਪਤਨੀ ਦੀ ਕੁੱਟਮਾਰ ਵੀ ਕੀਤੀ ਅਤੇ ਧੂਕ ਸੀਟ ਵੀ। ਉਹਨਾਂ ਦੇ ਆਪਣੇ ਘਰ ਉਹਦੀ ਸੰਭਾਲ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਸੀ ਹੋਈ। ਗੁਰਨਾਮ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਇਹ ਫਰਕ ਟੱਬਰ ਦੀ ਰੀਤ ਕਰਕੇ ਸੀ ਜਾਂ ਜੀਆਂ ਦੇ ਸੁਭਾਅ ਕਰਕੇ, ਕਿ ਇਹਦੇ ਪਿੱਛੇ ਜਾਤ ਬਿਰਾਦਰੀ ਦੇ ਸੁਭਾਅ ਦਾ ਹੱਥ ਹੋ ਸਕਦਾ ਸੀ। ਭਰਪੂਰ ਨੂੰ ਪਿਤਾ ਦੇ ਸੁਭਾਅ 'ਚ ਹੀ ਸਾਰਾ ਦੋਸ਼ ਨਜ਼ਰੀ ਆਉਂਦਾ ਸੀ। ਭਰਪੂਰ ਨੂੰ ਕਈ ਵਾਰ ਆਪਣੀ ਮਾਤਾ ਦਾ ਜਿੱਦਲ ਸੁਭਾਅ ਵੀ ਮਾੜਾ ਲੱਗਦਾ ਸੀ। ਲੜਾਕੀਆਂ ਜਨਾਨੀਆਂ ਵਾਂਗੂ ਮਿਹਣੇ ਮਾਰਦੀ ਸੀ, ਪਰ ਉਹਨੂੰ ਕੁੱਟ ਪਏ ਇਹ ਭਰਪੂਰ ਕੋਲੋਂ ਬਰਦਾਸ਼ਤ ਨਹੀਂ ਸੀ ਹੋਇਆ। ਗੁਰਨਾਮ ਕੋਲੋਂ
ਪੌਣੇ 'ਚ ਵਲੇਟੀ ਹੋਈ ਰੋਟੀ ਅਤੇ ਆਲੂਆਂ ਦੀ ਭਾਜੀ ਸੀ। ਘਰੋਂ ਆਉਂਦੀ ਵਾਰੀ ਰੋਟੀ ਲਿਆ ਕੇ ਵਿਹਲੇ ਪੀਰੀਅਡ 'ਚ ਲਾਂਭੇ ਜਿਹਾ ਬਹਿ ਕੇ ਖਾ ਲੈਂਦਾ, ਕਿਉਂਕਿ ਕਦੀ ਫਿਜ਼ਿਕਸ ਦਾ ਕਦੀ ਕੈਮਿਸਟਰੀ ਦਾ ਜਾਂ ਬਾਇਓਲੋਜੀ ਦੇ ਪ੍ਰੈਕਟੀਕਲ ਕਰਦਿਆਂ ਕਾਫੀ ਦੇਰ ਹੋ ਜਾਂਦੀ। ਟਕ ਸ਼ਾਪ ਜਾਣ ਲਈ ਉਹਦੇ ਕੋਲ ਪੈਸੇ ਨਹੀਂ ਸੀ ਹੁੰਦੇ ਅਤੇ ਸ਼ਾਮ ਤੱਕ ਇੰਨੀ ਭੁੱਖ ਲੱਗ ਜਾਂਦੀ ਕਿ ਪੈਦਲ ਘਰ ਪਹੁੰਚਣ ਦੀ ਹਿੰਮਤ ਹੀ ਨਹੀਂ ਸੀ ਰਹਿੰਦੀ। ਅਤੇ ਅੱਜ ਭਾਵੇਂ ਉਹ ਭਰਪੂਰ ਦੇ ਸਾਈਕਲ 'ਤੇ ਹੀ ਆਇਆ ਸੀ ਅਤੇ ਇਸੇ ਸਾਈਕਲ 'ਤੇ ਉਹਦੇ ਨਾਲ ਘਰ ਵੀ ਜਾਣਾ ਸੀ, ਪਰ ਰੋਟੀ ਤਾਂ ਲਿਆਉਣੀ ਹੀ ਸੀ। ਅੱਜ ਤਾਂ ਇੱਕ ਦੀ ਥਾਂ ਦੋ ਜਣਿਆਂ ਲਈ ਸੀ। ਕਦੀ ਕਦਾਈ ਉਹ ਟਕ ਸ਼ਾਪ ਜਾ ਕੇ ਰੋਟੀ ਆਪਣੀ ਖਾਂਦਾ ਅਤੇ ਆਨੇ ਦਾ ਕੱਪ ਚਾਹ ਮੰਗਵਾ ਕੇ ਪੀ ਲੈਂਦਾ। ਅੱਜ ਉਹ ਦੋਵੇਂ ਟਕ ਸ਼ਾਪ ਜਾ ਕੇ ਰੋਟੀ ਖਾਣ ਬੈਠੇ ਹੀ ਸਨ ਕਿ ਕੇਵਲ ਵਰਮਾ ਆ ਗਿਆ। ਆਓ ਆਓ ਕਾਮਰੇਡ, ਦੋਵੇਂ ਉੱਠ ਖਲੋਤੇ ਅਤੇ ਹੱਥ ਮਿਲਾ ਕੇ ਉਹਨਾਂ ਨੇ ਰੋਟੀ ਵਾਲਾ ਲਿਫਾਫਾ ਕੇਵਲ ਵੱਲ ਸਰਕਾ ਦਿੱਤਾ। ਤੁਸੀਂ ਨਹੀਂ ਗਏ ਜਲੂਸ 'ਚ? ਕੇਵਲ ਵਰਮਾ ਨੇ ਅਚਾਰ ਨਾਲ ਗ੍ਰਹਿ ਲਬੇੜ ਕੇ ਮੂੰਹ 'ਚ ਪਾਉਂਦਿਆਂ ਕਿਹਾ, ਤੇਰੇ ਵਰਗੇ ਲੀਡਰਾਂ ਦੇ ਹੁੰਦਿਆਂ ਸਾਡੀ ਕੀ ਲੋੜ ਸੀ? ਗੁਰਨਾਮ ਨੇ ਗੱਲ ਨੂੰ ਹਾਸੇ 'ਚ ਪਾ ਦਿੱਤਾ। ਅੱਜ ਰਾਤੀ ਰੱਖ ਬਾਗ 'ਚ ਮੀਟਿੰਗ ਏ ਕਮਿਊਨ? ਨਹੀਂ, ਉੱਥੇ ਤਾਂ ਰਾਤੀ ਵੀ ਛਾਪਾ ਪਿਆ ਸੀ। ਕਿਉਂ? ਉਹ ਕਾਮਰੇਡ ਕੁੰਦਨ ਨੂੰ ਫੜਨ ਲਈ, ਅਸਲ 'ਚ ਉਹ ਹੜਤਾਲ ਨੂੰ ਤੋੜਨਾ ਚਾਹੁੰਦੇ ਸੀ, ਪਰ ਕਾਮਰੇਡ ਕੁੰਦਨ ਅਤੇ ਸਟੂਡੈਂਟਸ ਵਿੱਚ ਕੰਮ ਹੀ ਨਹੀਂ ਕਰਦਾ। ਸਾਡੀ ਮੀਟਿੰਗ ਉਹਨਾਂ ਕਮਿਊਨ 'ਚ ਸਮਝੀ ਸੀ, ਤਾਂ ਹੀ ਉੱਥੇ ਛਾਪਾ ਮਾਰਿਆ। ਹੈ ਸੋ ਉੱਥੇ ਨਿਊ ਹੋਸਟਲ? ਵਾਹ ਕਮਾਲ ਕਰਤੀ, ਅੱਜ ਤੁਸੀਂ ਵੀ ਆਉਣਾ? ਅੱਛਾ, ਜਸਵੀਰ ਨੂੰ ਵੀ ਕਿਹਾ ਹੀ? ਨਹੀਂ, ਤੂੰ ਕਹਿ ਦੇਈ। ਚੰਗਾ। ਕੇਵਲ ਉੱਠ ਕੇ ਹੱਥ ਪੂੰਝ ਕੇ ਬਾਹਰ ਨਿਕਲ ਗਿਆ ਅਤੇ ਗੁਰਨਾਮ ਅਤੇ ਭਰਪੂਰ ਹੋਰੀ ਬੈਠੇ ਚਾਹ ਪੀਂਦੇ ਰਹੇ। ਦੂਸਰਾ ਭਾਗ, ਅੱਠਵਾਂ ਅੰਗ। ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਉਂਦੀ? ਸੁਰੱਈਆ ਦੀ ਫਿਲਮ ਪਰਵਾਨਾ ਦੇਖਣ ਗਿਆ ਕੁੰਦਨ ਇੰਟਰਵਲ ਵੇਲੇ ਫੜਿਆ ਗਿਆ, ਨਾਲ ਉਹਦੇ ਮਧੂ ਸੀ। ਅਤੇ ਜਦੋਂ ਚਿੱਟ ਕੱਪੜੀਏ ਨੇ ਕੁੰਦਨ ਨੂੰ ਆਪਣੇ ਨਾਲ ਬਾਹਰ ਆਉਣ ਲਈ ਕਿਹਾ ਤਾਂ ਕੁੰਦਨ ਨੇ ਆਸੇ ਪਾਸੇ ਤੱਕਿਆ। ਭੱਜਣ ਦਾ ਕੋਈ ਰਾਹ ਨਹੀਂ ਸੀ। ਉਹਨੇ ਮੁੜ ਕੇ ਮਧੂ ਵੱਲ ਤੱਕਿਆ। ਉਹ ਠਠੰਬਰੀ ਖੜੀ ਸੀ ਅਤੇ ਚੀਕ ਨਿਕਲ ਜਾਣ ਦੇ ਡਰੋਂ ਉਹਨੇ ਆਪਣੇ ਮੂੰਹ ਅੱਗੇ ਹੱਥ ਰੱਖਿਆ ਹੋਇਆ ਸੀ। ਕੁੰਦਨ ਨੇ ਉਹਦੇ ਨੇੜੇ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਸੇ ਪਾਸੇ ਦੇ ਲੋਕਾਂ ਦੀ ਭੀੜ 'ਚੋਂ ਲੰਘ ਕੇ ਉਹਦੇ ਕੋਲ ਹੋ ਕੇ ਉਹਦੇ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਮਧੂ ਨੇ ਕੁੰਦਨ ਦੀ ਤੱਕਣੀ ਦਾ ਕੋਈ ਜਵਾਬ ਨਹੀਂ ਦਿੱਤਾ, ਸਗੋਂ ਸੱਖਣੀ ਅੱਖਾਂ ਨਾਲ ਡੌਰ ਭੌਰ ਹੋਈ ਕੁੰਦਨ ਨੂੰ ਚਿੱਟ ਕੱਪੜੀਏ ਨਾਲ ਜਾਂਦਾ ਵੇਖਦੀ ਰਹੀ। ਇੰਜ ਲੱਗਦਾ ਸੀ ਜਿਕਣ ਉਹ ਧਰਤੀ 'ਚ ਕੀਲੀ ਗਈ ਹੋਵੇ। ਸ਼ਾਇਦ ਉਹਨੇ ਅੱਗੇ ਵਧਣ ਦਾ ਯਤਨ ਹੀ ਨਹੀਂ ਕੀਤਾ, ਨਹੀਂ ਤੇ ਉਸ ਛੋਟੀ ਜਿਹੀ ਭੀੜ ਵਿੱਚ ਅੱਗੇ ਜਾ ਕੇ ਕੁੰਦਨ ਦੇ ਨੇੜੇ ਹੋ ਕੇ ਕੋਈ ਗੱਲ ਕਰ ਸਕਣੀ ਮੁਸ਼ਕਲ ਨਹੀਂ ਸੀ। ਭੀੜ ਵਿੱਚ ਉਹ ਕੁੰਦਨ ਨੂੰ ਚਿੱਟ ਕੱਪੜੀਆਂ ਦਾ ਘੇਰ ਕੇ ਰੇਖੀ ਸਿਨਮੇ ਤੋਂ ਬਾਹਰ ਲੈ ਜਾਣਾ ਮਧੂ ਤੋਂ ਸਿਵਾ ਹੋਰ ਕਿਸੇ ਨੇ ਸਹੀ ਨਹੀਂ ਕੀਤਾ। ਭਾਵੇਂ ਕੁੰਦਨ ਨੂੰ ਉਸ ਭੀੜ ਵਿੱਚ ਲੋਕ ਜਾਣਦੇ ਸੀ, ਪਰ ਹੈਲੋ ਕਾਮਰੇਡ ਤੋਂ ਵੱਧ ਕਿਸੇ ਨੇ ਗੱਲ ਨਹੀਂ ਕੀਤੀ। ਉਹਦੇ ਨੇੜੇ ਹੋ ਕੇ ਉਹਦੇ ਨਾਲ ਖਲੋ ਕੇ ਗੱਲ ਕਰਨਾ ਉਹਨਾਂ ਦਿਨਾਂ 'ਚ ਖਤਰਨਾਕ ਹੁੰਦਾ ਸੀ। ਬੁਜ਼ਦਿਲ ਬਾਲੇ ਅਤੇ ਦਲੇਰ ਘੱਟ ਸੀ। ਉਂਝ ਵੀ ਕਿਵੇਂ ਸਹੀ ਹੁੰਦਾ ਕਿ ਕੁੰਦਨ ਫੜਿਆ ਹੋਇਆ ਬਾਹਰ ਜਾ ਰਿਹਾ ਸੀ ਕਿ ਉਂਝੀ ਸਿਨਮੇ ਦੇ ਫਾਟਕ ਵੱਲ ਵਗਿਆ ਜਾਂਦਾ ਸੀ। ਸਿਰਫ ਮਧੂ ਨੂੰ ਹੀ ਪਤਾ ਸੀ ਕਿ ਕੁੰਦਨ ਫੜਿਆ ਗਿਆ ਸੀ, ਇਸੇ ਲਈ ਉਹ ਬਾਹਰ ਜਾਂਦਾ ਪਿਆ ਸੀ। ਚਾਹ ਦਾ ਕੱਪ ਵਿੱਚ ਛੱਡ ਕੇ ਚੁੰਨੀ ਕਾਊਂਟਰ 'ਤੇ ਰੱਖ ਕੇ ਰੋਣ ਹਾਕੀ ਹੋਈ ਉਹ ਵੀ ਬਾਹਰ ਵੱਲ ਤੁਰ ਪਈ, ਪਰ ਉਹਦੇ ਬਾਹਰ ਪਹੁੰਚਣ ਤੋਂ ਪਹਿਲਾਂ ਹੀ ਕੁੰਦਨ ਨੂੰ ਰਾਹ ਲੰਘਦੇ ਟਾਂਗੇ 'ਚ ਬਿਠਾ ਕੇ ਜਾ ਚੁੱਕੇ ਸਨ। ਗੇਟ ਕੋਲ ਆ ਕੇ ਮਧੂ ਨੇ ਆਸੇ ਪਾਸੇ ਤੱਕਿਆ, ਕਿਸੇ ਨੇ ਉਹਦੇ ਵੱਲ ਗੌਹ ਨਹੀਂ ਕੀਤਾ। ਉਂਝ ਸਿਨਮੇ ਦੇ ਗੇਟ ਕੋਲ ਖੜੀ ਇਕੱਲੀ ਕੁੜੀ ਬਾਰੇ ਹੀ ਸਮਝਿਆ ਜਾ ਸਕਦਾ ਕਿਸੇ ਦੀ ਉਡੀਕ ਕਰਦੀ ਪਈ ਹੋਣੀ ਹੈ, ਪਰ ਇੰਟਰਵਲ ਵੇਲੇ ਉਡੀਕ ਨਹੀਂ ਹੁੰਦੀ। ਹਾਲੀ ਗੇਟ ਦੇ ਬਾਹਰ ਰਿਕਸ਼ਾ ਵਾਲੇ ਜਮ੍ਹਾਂ ਨਹੀਂ ਸੀ ਹੋਏ। ਉਹਨਾਂ ਨੂੰ ਪਤਾ ਸੀ ਕਿ ਪਿਕਚਰ ਖਤਮ ਹੋਣ 'ਚ ਹਾਲੀ ਘੱਟੋ ਘੱਟ ਸਵਾ ਘੰਟਾ ਬਾਕੀ ਸੀ। ਉੱਥੇ ਪਿਕਚਰ ਖਤਮ ਹੋਣ ਵੇਲੇ ਹੀ ਬਾਹਰ ਆ ਖਲੋਂਦੇ ਸਨ, ਪਰ ਚਾਹ ਦੇ ਖੋਖੇ 'ਤੇ ਚਾਹ ਪੀਣ ਵਾਲਾ ਕੋਈ ਨਾ ਕੋਈ ਰਿਕਸ਼ਾ ਵਾਲਾ ਮਿਲ ਜਾਂਦਾ ਸੀ। ਉਹਨੇ ਚਾਹ ਦੇ ਖੋਖੇ ਕੋਲ ਜਾ ਕੇ ਰਿਕਸ਼ਾ ਦੀ ਆਵਾਜ਼ ਦਿੱਤੀ ਅਤੇ ਕੁਮਾਰ ਮੰਡੀ ਕਹਿ ਕੇ ਰਿਕਸ਼ੇ 'ਚ ਬੈਠ ਗਈ। ਰਿਕਸ਼ੇ 'ਚ ਬੈਠੀ ਮਧੂ ਨੂੰ ਰਹਿ ਰਹਿ ਕੇ ਇਹੀ ਖਿਆਲ ਆਉਂਦਾ ਕਿ ਕੁੰਦਨ ਦੀ ਗ੍ਰਿਫਤਾਰੀ ਉਹਦੇ ਕਰਕੇ ਹੋਈ ਹੈ, ਨਾ ਉਹ ਕੁੰਦਨ ਨਾਲ ਪਿਕਚਰ ਵੇਖਣ ਦੀ ਜ਼ਿੱਦ ਕਰਕੇ ਚੰਬਲਦੀ ਅਤੇ ਨਾ ਉਹ ਗ੍ਰਿਫਤਾਰੀ ਹੁੰਦੀ। ਕੁੰਦਨ ਨੇ ਉਹਨੂੰ ਵਰਜਣ ਦੀ ਕੋਸ਼ਿਸ਼ ਕੀਤੀ ਸੀ, ਪਰ ਮਧੂ ਨਹੀਂ, ਮੈਂ ਤਾਂ ਜਾਣਾ, ਕੱਲ੍ਹ ਉਹ ਪਿਕਚਰ ਲੱਥ ਜਾਣੀ ਹੈ, ਸਾਰੀਆਂ ਟੀਚਰਾਂ ਵੇਖ ਆਈਆਂ ਨੇ, ਮੈਂ ਹੀ ਰਹਿ ਗਈਆਂ। ਤੂੰ ਕਿਉਂ ਨਹੀਂ ਗਈ? ਮੈਂ ਕਿਹਦੇ ਨਾਲ ਜਾਂਦੀ? ਟੀਚਰਾਂ ਨਾਲ, ਉਹ ਤਾਂ ਲੇਡੀਜ਼ ਸ਼ੋਅ 'ਚ ਹੋ ਆਈਆਂ ਨੇ ਅਤੇ ਤੂੰ ਵੀ ਵੇਖ ਲੈਣੀ ਸੀ। ਲੇਡੀਜ਼ ਦੀ ਚਾਂ 'ਚ ਪਿਕਚਰ ਵੇਖੀ ਜਾਂਦੀ ਸੀ? ਫਿਰ ਲੈ ਚੱਲੋ ਨਾ, ਮਧੂ ਨੇ ਚੰਬਲ ਕੇ ਕਿਹਾ ਸੀ। ਪਤਾ ਪੁਲਿਸ ਮੇਰੇ ਮਗਰ ਹੈ, ਕਿਸੇ ਨੂੰ ਪਤਾ ਨਹੀਂ ਲੱਗਦਾ। ਆਪਾਂ ਮੈਟਨੀ ਸ਼ੋਅ ਵੇਖਾਂਗੇ, ਉੱਥੇ ਤੁਹਾਨੂੰ ਰਾਤ ਨੂੰ ਲੱਭਦੇ ਨੇ। ਆਪਾਂ ਰਾਤ ਨੂੰ ਹੀ ਚੱਲੀਏ, ਰਾਤ ਨੂੰ ਤਾਂ ਬੰਦਾ ਇੱਧਰ ਉੱਧਰ ਹੋ ਸਕਦਾ। ਅਤੇ ਮਾਤਾ ਜੀ, ਠੀਕ ਹੈ, ਮੈਟਨੀ ਸ਼ੋਅ ਹੀ ਸਹੀ। ਅਤੇ ਹੁਣ ਇਹ ਭਾਣਾ ਵਰਤ ਗਿਆ ਸੀ। ਮਧੂ ਨੂੰ ਕੀ ਪਤਾ ਸੀ ਕਿ CID ਵਾਲੇ ਜਦੋਂ ਦੇ ਉਹਨੂੰ ਸਕੂਲ ਵਿੱਚ ਮਿਲ ਕੇ ਗਏ ਸੀ, ਉਦੋਂ ਦੇ ਮਧੂ ਦੀ ਨਿਗਰਾਨੀ ਉਵੇਂ ਹੀ ਕਰਦੇ ਸੀ ਜਿਵੇਂ ਦੀ ਨਿਗਰਾਨੀ ਉਹ ਪਹਿਲਾਂ ਕਰਦੇ ਸੀ।
ਕਦੇ ਕਦਾਈ ਉਹ ਸਕੂਲ ਜਾਂ ਘਰ ਆਉਂਦੇ, ਗੱਲਾਂ ਕਰਦੇ ਰਹਿੰਦੇ ਤੇ ਫਿਰ ਹੌਲੀ ਜਿਹੀ ਉੱਠ ਕੇ ਚਲੇ ਜਾਂਦੇ। ਮਧੂ ਦੀਆਂ ਗੱਲਾਂ ਵਿੱਚੋਂ ਆਪਣੀ ਲੋੜ ਦੀ ਗੱਲ ਨੋਟ ਕਰ ਲੈਂਦੇ, ਜਿਵੇਂ ਉਹਨਾਂ ਨੇ ਐਤਕੀ ਮਧੂ ਨੂੰ ਉਹਦੇ ਪ੍ਰੋਗਰਾਮ ਬਾਰੇ ਪੁੱਛਿਆ ਤਾਂ ਉਹਦੇ ਮੂੰਹ ਨਿਕਲ ਗਿਆ, ਕੱਲ੍ਹ ਤੇ ਮੈਂ ਪਿਕਚਰ ਜਾਣਾ। ਕਿਹੜੀ? ਪੁੱਛਣ ਤੇ ਉਹ ਸੁਚੇਤ ਹੋ ਗਈ ਸੀ, ਪਰ ਹੁਣ ਦੱਸੇ ਬਿਨਾਂ ਖਹਿੜਾ ਨਹੀਂ ਸੀ ਛੁੱਟਣਾ ਤੇ ਨਤੀਜਾ ਅੱਜ ਉਹਦੇ ਸਾਹਮਣੇ ਸੀ। ਰਿਕਸ਼ੇ 'ਚ ਬਹਿ ਕੇ ਘਰ ਨੂੰ ਜਾਂਦੀ ਮਧੂ ਆਪਣੇ ਆਪ ਨੂੰ ਇਸ ਗ੍ਰਿਫਤਾਰੀ ਲਈ ਦੋਸ਼ੀ ਮੰਨਦੀ ਹੋਈ ਸੋਚੀ ਜਾਂਦੀ ਸੀ। ਜੇ ਮੈਂ ਪਿਕਚਰ ਵੇਖਣ ਲਈ ਨਾ ਕਹਿੰਦੀ ਗ੍ਰਿਫਤਾਰੀ ਨਹੀਂ ਸੀ ਹੋਣੀ, ਤੇ ਜੇ ਮੈਂ ਸਕੂਲੋਂ ਆਇਆਂ ਨੂੰ ਝਿੜਕ ਛੱਡਦੀ ਤਾਂ ਉਹ ਮਾਂ ਨੂੰ ਕਿਵੇਂ ਪੁੱਛਦੇ? ਤੇ ਜੇ ਕੁੰਦਨ ਮੈਨੂੰ ਚੰਗਾ ਨਾ ਲੱਗਦਾ ਤਾਂ ਮੈਂ ਜਿੱਦ ਨਹੀਂ ਸੀ ਕਰਨੀ, ਤੇ ਜੇ ਉਹ ਚੰਗਾ ਨਾ ਲੱਗਦਾ ਤਾਂ ਮੈਨੂੰ ਕਾਹਦਾ ਅਫਸੋਸ ਹੋਣਾ ਸੀ? ਰਿਕਸ਼ੇ ਵਾਲੇ ਨੇ ਆਦਤ ਅਨੁਸਾਰ ਮਧੂ ਨਾਲ ਗੱਲ ਛੇੜਨ ਦੀ ਕੋਸ਼ਿਸ਼ ਕੀਤੀ, ਪਰ ਮਧੂ ਆਪਣੇ ਖਿਆਲਾਂ 'ਚ ਖੋਏ ਹੋਏ ਸੀ। ਰਿਕਸ਼ੇ ਵਾਲਾ ਚੁੱਪ ਕਰ ਗਿਆ, ਮਧੂ ਦਾ ਜੀ ਰੋਣ ਰੋਣ ਕਰਦਾ ਸੀ। ਘਰ ਜਾ ਕੇ ਮਾਂ ਨਾਲ ਲੜੇ, ਪੁੱਛੇ ਕੋਈ ਆਇਆ ਸੀ? ਕੀ ਪੁੱਛਦਾ ਸੀ? ਤੁਸੀਂ ਕੀ ਦੱਸਿਆ? ਇੰਜ ਮਾਂ ਨੂੰ ਕੁੰਦਨ ਨਾਲ ਜਾਣ ਦਾ ਪਤਾ ਲੱਗ ਜਾਣਾ, ਇੰਜ ਮਾਂ ਨੂੰ CID ਦੇ ਮੇਰੇ ਨਾਲ ਸੰਪਰਕ ਹੋਣ ਦਾ ਪਤਾ ਲੱਗ ਜਾਣਾ। ਮਾਂ ਕੀ ਕਹੇਗੀ? ਕੀ ਕਹਿ ਸਕਦੀ ਹੈ? ਉਹਨੂੰ ਨਹੀਂ ਪਤਾ ਭਲਾ, ਪਹਿਲਾਂ ਉਹਦੇ ਕੋਲ ਹੀ ਤਾਂ ਆਏ ਸੀ। ਮੇਰੇ ਨਾਲ ਮਾਂ ਨੇ ਕਦੀ ਸਿੱਧੀ ਗੱਲ ਨਹੀਂ ਕੀਤੀ ਤੇ ਮੈਂ ਵੀ ਨਹੀਂ ਕੀਤੀ। ਕੋਲਾ ਬਣਿਆ ਰਹੇ ਤਾਂ ਚੰਗਾ, ਕਿੰਨੀ ਸ਼ਰਮਾਏਗੀ ਮਾਂ ਧੀ ਦੀ ਗੱਲ ਖੁੱਲ੍ਹਣ 'ਤੇ। ਹੇ ਰੱਬਾ, ਮੈਂ ਕੀ ਪੀ ਕਰਦੀ ਹਾਂ, ਅਤੇ ਜੇ ਕੁੰਦਨ ਨੂੰ ਪਤਾ ਲੱਗ ਗਿਆ। ਭਾਗ ਦੂਸਰਾ, ਅੰਗ 9। ਖੰਨੇ ਦੇ ਕਾਲਜ 'ਚ ਹੜਤਾਲ ਵੇਲੇ ਪੁਲਿਸ ਨੇ ਲਾਠੀਚਾਰਜ ਕੀਤਾ, ਕਈ ਜ਼ਖਮੀ ਹੋਏ, ਲੁਧਿਆਣੇ CMC ਦਾਖਲ ਕੀਤੇ ਗਏ। ਲੁਧਿਆਣੇ ਦੇ ਸਟੂਡੈਂਟ ਲੀਡਰ ਦੇ ਯਾਰ ਦੋਸਤ ਉਹਨਾਂ ਲਈ ਖਾਣ ਪੀਣ ਦੀਆਂ ਵਸਤਾਂ ਲੈ ਕੇ ਹਸਪਤਾਲ ਪਹੁੰਚ ਗਏ। ਜਿਹੜੇ ਜੇਲ੍ਹ 'ਚ ਡੱਕੇ ਗਏ ਉਹਨਾਂ ਨੂੰ ਕੰਬਲ, ਗੁੜ ਅਤੇ ਹੋਰ ਵਸਤਾਂ ਪਹੁੰਚਾਈਆਂ। ਅਤੇ ਜਦੋਂ ਵੀ ਲੀਡਰ ਬਾਹਰ ਸਨ ਉਦੋਂ ਬੜਾ ਗੁੱਸਾ ਅਤੇ ਜੋਸ਼ ਸੀ, ਪਰ ਜਦੋਂ ਜੇਲ੍ਹ 'ਚ ਡੱਕੇ ਗਏ ਤਾਂ ਠੰਡੇ ਠਾਰ। ਹਾਸਾ ਠੱਠਾ, ਬਹਿਸਾਂ, ਸਟੱਡੀ ਸਰਕਲ, ਕਮਿਊਨਿਸਟ ਕਿਧਰੇ ਹੋਣ, ਹਰ ਥਾਂ 'ਤੇ ਸਟੱਡੀ ਸਰਕਲ ਲਾ ਲੈਂਦੇ ਨੇ। ਬਹਿਸਾਂ ਗਰਮਾ ਗਰਮ, ਪਰ ਮਾਹੌਲ ਜਸ਼ਨ ਵਰਗਾ। ਪ੍ਰੇਮ ਸਿੰਘ, ਬਲਰਾਜ ਮਹਿਤਾ ਅਤੇ ਹੋਰ ਸਟੂਡੈਂਟ ਲੀਡਰਾਂ ਦੇ ਫੜੇ ਜਾਣ ਕਰਕੇ ਹੜਤਾਲ ਫੇਲ ਹੋ ਗਈ। ਲੀਡਰ ਬਿਨਾਂ ਤੇ ਭੀੜਾਂ ਹੀ ਰਹਿ ਜਾਂਦੀਆਂ ਨੇ, ਨਿਰੇਜੜ। ਇਸ ਲਈ ਆਰੀਆ ਕਾਲਜ ਦੀ ਹੜਤਾਲ ਨੂੰ ਫੇਲ ਕਰਨ ਲਈ ਪੁਲਿਸ ਭੱਜੀ ਫਿਰਦੀ ਸੀ, ਪਰ ਕਦੀ ਸਰਕਾਰੀ ਨੀਤੀ ਨਰਮ ਅਤੇ ਕਦੀ ਗਰਮ। ਲੋਕਲ ਅਫਸਰ ਦੇ ਸੁਭਾਅ ਨਾਲ ਵੀ ਫਰਕ ਪੈਂਦਾ ਹੈ। 8 ਦਿਨਾਂ ਵਿੱਚੋਂ ਹੀ ਖੰਨੇ ਦੇ ਲੀਡਰ ਰਿਹਾਅ ਹੋ ਕੇ ਆ ਗਏ। ਕੇਵਲ ਵਰਮਾ ਨੇ ਆਪਣੇ ਘਰ ਦੀ ਛੱਤ 'ਤੇ ਪਾਰਟੀ ਕੀਤੀ ਉਹਨਾਂ ਦੇ ਸਵਾਗਤ ਲਈ। ਸ਼ੀਲਾ, ਮਧੂ ਅਤੇ ਬਲਬੀਰੋ ਨੇ ਸੇਵਾ ਸੰਭਾਲ ਲਈ ਆਪਣੇ ਜ਼ਿੰਮੇ ਲਈ। ਔਰਤ ਭਾਵੇਂ ਘਰ 'ਚ ਹੋਵੇ ਅਤੇ ਭਾਵੇਂ ਬਾਹਰ, ਕਿਸੇ ਇਹੋ ਜਿਹੇ ਕਾਮਰੇਡਾਂ ਦੀ ਪਾਰਟੀ 'ਚ ਉਹਦੇ ਹਿੱਸੇ ਸੇਵਾ ਸੰਭਾਲੀ ਆਉਂਦੀ ਹੈ। ਸ਼ਾਇਦ ਇਸੇ ਕਰਕੇ ਕਾਮਰੇਡ ਕੁੜੀਆਂ ਜਦੋਂ ਵਿਆਹ ਕਰ ਲੈਂਦੀਆਂ ਨੇ ਤਾਂ ਕਿਸੇ ਗੱਲੇ ਵੀ ਆਮ ਮੱਧ ਵਰਗ ਦੀਆਂ ਔਰਤਾਂ ਨਾਲੋਂ ਵੱਖਰੀਆਂ ਨਹੀਂ ਰਹਿੰਦੀਆਂ। ਉਹਨਾਂ ਦੇ ਸਰੋਕਾਰ ਵੀ ਆਮ ਘਰੇਲੂ ਔਰਤਾਂ ਵਰਗੇ ਬਣ ਜਾਂਦੇ ਨੇ, ਅਤੇ ਸਿਵਾਏ ਬਿਮਲਾ ਡਾਂਗ ਦੇ। ਸਮੋਸੇ, ਰਸਗੁੱਲੇ ਅਤੇ ਬਰਫੀ ਵਾਲੀਆਂ ਪਲੇਟਾਂ ਇੱਕੋ ਮੇਜ਼ 'ਤੇ ਰੱਖ ਦਿੱਤੀਆਂ ਗਈਆਂ। ਛੱਤ ਉੱਤੇ ਤਰੌਂਕਾ ਕੀਤਾ ਹੋਇਆ ਸੀ। ਭੁਪਿੰਦਰ ਸਹਿਗਲ, ਰਘੁਨੰਦਨ, ਤੇਜਾ ਸਿੰਘ ਅਤੇ ਅਜੀਤ ਨੇ ਰਲ ਕੇ ਪਾਣੀ ਵੀ ਤਰੌਂਕਿਆ। ਕੁਰਸੀਆਂ ਮੇਜ਼ ਉੱਪਰ ਚਾੜੇ, ਮਠਿਆਈਆਂ ਬਾਜ਼ਾਰੋਂ ਲਿਆਉਂਦੀਆਂ ਅਤੇ ਪਲੇਟਾਂ 'ਚ ਲਗਾ ਕੇ ਮੇਜ਼ 'ਤੇ ਰੱਖ ਦਿੱਤੀਆਂ। ਮੱਖੀਆਂ ਤੋਂ ਬਚਾ ਲਈ ਅਖਬਾਰ ਨਾਲ ਪਲੇਟਾਂ ਕੱਜ ਦਿੱਤੀਆਂ ਅਤੇ ਇੱਕ ਪਾਸੇ ਰੱਖੇ ਸਟੋਵ 'ਤੇ ਚਾਹ ਬਣਾਉਣ ਲੱਗ ਪਏ। ਨਾਲ ਉਹਨਾਂ ਦੇ ਕੁੜੀਆਂ ਵੀ ਸਨ। ਹੌਲੀ ਹੌਲੀ ਕਾਮਰੇਡ ਆਉਂਦੇ ਗਏ। ਕੁੰਦਨ ਵੀ ਉਸ ਦਿਨ ਆਪਣੇ ਪੂਰੇ ਰੌਂ ਵਿੱਚ ਸੀ, ਪਤਾ ਨਹੀਂ ਕਿਉਂ, ਪਰ ਉਹ ਰੋਮਾਂਟਿਕ ਸ਼ੇਅਰ ਪਿਆ ਬੋਲਦਾ ਸੀ ਅਤੇ ਦਾਦ ਖੱਟਦਾ ਪਿਆ ਸੀ। ਕੇਵਲ ਸੋਚਣ ਲੱਗਾ, ਲੱਗਦਾ ਕੋਈ ਨਵੀਂ ਕੁੜੀ ਕੁੰਦਨ ਨੂੰ ਟੱਕਰੀ ਹੈ। ਕੇਵਲ ਨੂੰ ਕੀ ਪਤਾ ਸੀ ਕਿ ਕੁੰਦਨ ਉਹਨਾਂ ਦਿਨਾਂ ਵਿੱਚ ਹੀ ਇਹੋ ਜਿਹੇ ਸ਼ੇਅਰ ਬੋਲਦਾ ਜਦੋਂ ਕੋਈ ਕੁੜੀ ਉਹਦੇ ਨੇੜੇ ਹੋਵੇ, ਅਤੇ ਅੱਜ ਕੱਲ੍ਹ ਤਾਂ ਉਹਨੂੰ ਸਿਰਫ ਮਧੂ ਹੀ ਦੂਰ ਦੂਰ ਤੱਕ ਨਜ਼ਰ ਆਉਂਦੀ ਸੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਕੁੰਦਨ ਜਿਹੜਾ ਰੋਮਾਂਸ ਦੇ ਸ਼ੇਅਰ ਪੜ੍ਹਦਾ ਪੜ੍ਹਦਾ ਨਾਕਾਮੀ ਦਾ ਹਊਆ ਖੜਾ ਕਰ ਲੈਂਦਾ ਸੀ, ਅਮੀਰ ਗਰੀਬ ਦੇ ਵਿਤਕਰੇ ਦੀ ਗੱਲ ਕਰਨ ਲੱਗ ਪੈਂਦਾ ਸੀ, ਇਸ਼ਕ ਦੀ ਨਾਕਾਮੀ ਦਾ ਡਰ ਚਿਤਵ ਲੈਂਦਾ ਸੀ, ਅਤੇ ਫਿਰ ਸਮਾਜ ਦੇ ਖਿਲਾਫ਼ ਅਤੇ ਸਾਮਰਾਜ ਦੇ ਖਿਲਾਫ਼ ਗੱਲਾਂ ਕਰਦਾ ਸੀ। ਇਹ ਗੱਲਾਂ ਨਿਰੀਆਂ ਸਿਧਾਂਤ ਦੀਆਂ ਨਹੀਂ ਸੀ ਹੁੰਦੀਆਂ, ਸਗੋਂ ਉਹਦੇ ਡਰ ਦਾ ਸਹੀ ਚਿੱਤਰ ਹੁੰਦੀਆਂ ਸਨ। ਪਰ ਅੱਜ ਕੱਲ੍ਹ ਮਧੂ ਦੇ ਨਾਲ ਸੰਗਤ ਕਰਦਿਆਂ ਉਹਨੂੰ ਇਹ ਡਰ ਨਹੀਂ ਸੀ, ਕਿਉਂਕਿ ਉਹਦੇ ਟੱਬਰ ਦੀ ਆਰਥਿਕ ਹਾਲਤ ਕਰਕੇ ਕੁੰਦਨ ਨੂੰ ਇਸ ਇਸ਼ਕ ਦੇ ਸਫਲ ਹੋਣ ਦੀ ਕੁਛ ਕੁਛ ਉਮੀਦ ਸੀ, ਜਿਹੜੀ ਉਹਦੇ ਸ਼ੇਰਾਂ ਵਿੱਚੋਂ ਝਲਕਦੀ ਸੀ। ਜਦੋਂ ਸਾਰੇ ਅੱਪੜ ਗਏ, ਕੁਰਸੀਆਂ 'ਤੇ ਬਹਿ ਗਏ, ਤਾਂ ਕੇਵਲ ਨੇ ਉੱਠ ਕੇ ਸਾਰਿਆਂ ਨੂੰ ਚੁੱਪ ਦਾ ਦਾਨ ਬਖਸ਼ਣ ਲਈ ਕਿਹਾ ਅਤੇ ਖੰਗੂਰਾ ਮਾਰ ਕੇ ਬੋਲਣਾ ਸ਼ੁਰੂ ਕੀਤਾ। ਕਾਮਰੇਡ, ਅੱਜ ਸਾਡੇ ਸਟੂਡੈਂਟ ਲੀਡਰ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਨੇ,
मैं उन्होंने जी आया कहिंदा भावें साड़ी यह हड़ताल कामयाब नहीं हुई पर साड़े लिए इस हड़ताल तो सीखने वाले कई नुक्ते पैदा हुए ने। मैं इन्हां नुक्तियां बारे आप चर्चा नहीं करांगा सगों एक काम यह काम जेल तो रिहा होकर आए कामरेडा उत्ते छड़दा। पहला चाह ते प्याला है पेट्रोल सुटेंगा तो गड्डी चलेगी किसी ने आवाज़ दी तो सारे पासे हासा पै गया। बथेरिया खाए हैं जेल दिया फिर हासा पिया। कुड़ियां भावें चाह बनाउन वाले पासे सन पर उन्हां दियां चमकदियां दंदियां तो पता लगता सी कि उन्हां दे कन्न भी इसे पासे वल सन। चाह दा भरिया जग मेज ते आ गया। कामरेड आओ केवल ने कहा तो सारे जने खाण पीन लग पए। भावें माहौल जशन वाला सी पर रिहा होके आए लीडरां दे मन च खन्ने कॉलेज की हड़ताल दे फेल हो जाण दा झोरा भी सी। इस करके शायद अजीत नूं इह समझ नहीं सी आई कि इस जशन की की लोड़ सी पर उन्हें भी शायद पता नहीं सी कि जशन मनाउंदियां भी उन्हां दे मन च गंभीर मामलियां लई गंभीर मसलियां लई सरोकार उवें दा उवें कायम सी। असल च केवल ने पार्टी कीती हो इसलई सी कि हड़ताल की नाकामी का लेखा जे जोखा हो सके। सारे जाने आपो अपने चाह के कप लैके पिछे हट के कुर्सियां ते बह गए। किसी किसी की प्लेट च अद खादा बर्फी का टोटा भी सी। चाह का घुट भरदियां भुपिंदर नूं सहवण ही यह ख्याल आया कि उन्हें पार्टी विच आ के ते स्टूडेंट फैडरेशन च कम करदियां जे जो कुछ सिख्या सी उन्हें उहदी जिंदगी नूं सेध दे दित्ती सी। भावें उहदे पिता ने उन्हें इस राह तों वरजन दे कई यतन किए सन पर चढ़दी जवानी च सोमनाथ ने जिहड़ी जाग उहनूं लाई सी उन्हें उहदे दिल दिमाग नूं सारे का सारा मल लिया सी। वैसे भी जिहड़ियां गल्लां चढ़दी जवानी च आपां मल लैण उही गल्लां सारी उम्र तुहाडे सुभाअ च रच जांदियां ने। केवल दियां गल्लां सुणदिआं भुपिंदर नूं ख्याल आया कि जे सोमनाथ उहनूं लाल पार्टी दे स्टडी सर्कल ते ना लिजांदा तां उह वी अपने पिता वांग जां मास्टर हुंदा जां भरा वांग दुकानदार। शाम पैणी ते सोमनाथ ने कहना क्यों भूपी बाबू चलीए फिर ते उहनां नूं चुप चाप निकल जाना गलियां चों होके किधरे तीन नंबर डिवीजन तों खब्बे गऊशाला रोड दियां गलियां च टो टो के पहुँचना। भेत भरिया नेरा भांत भांत दे चेहरे मुड़के दी बो पसीने नाल चमकदे चेहरे ते एक पासे कंध नाल सोमनाथ नाल जुड़ के बैठा भुपिंदर। पता नहीं लफ्जां च किहड़ा जादू सी जां शायद उस उमरे अखां अगे रंग बिरंगियां तस्वीरां ही बड़ियां उभरदियां ने ते इंज लगदा जीकने बोल हुणी साकार हो जाणगे। दिल च इक चिणग दी छू रात ने चंगा हनेरे पए वापस परतना ते चुप चाप ठंडी तत्ती रोटी खा के सौ रहना। सोमनाथ पावर लूम का उस्ताद सी। मशीन बिगड़ जानी तो उन्हें कहना जिन्ना चिर मशीना ठीक चलदियां रहनियां है उन्ना चिर उन्हें बह के जां बीड़ी पींदे रहना है ते जां अखबार वगैरह पढ़ते रहना। किसी नूं नहीं सी पता कि वह लाल पार्टी का मैंबर है जां पार्टी वर्कर है। ते जदों सोमनाथ भूपी दे नाल जांदा तो कई गल्लां करदा जिस दी उन्हें समझ ना पैंदी पर हौली हौली जदों उन्हें समझ आउणी शुरू आई तो भूपी नूं इंज महसूस हुंदा जिवें उस हनेरी गली च रात दे हनेरे विच इकट्ठे होण वाले लोकां दी दुनिया उहदे घर दी दुनिया नालों वक्खरी होवे। ते फिर जिस दिन सोमनाथ ने भूपी दे नाल एक होर मजदूर नूं वी टोर लिया तो भेत खुलना ही खुलना सी। उस मजदूर ने दूजे दिन भूपी दे पिता नूं सारी गल जा दसी। सुन के भूपी दे पिता सोची पै गए। भूपी नालों वध उहनां नूं सोमनाथ उत्ते गुस्सा आया। भूपी नूं वी झिड़कां पईआं। भूपी दे पिता आप संघ दियां शाखां ते जांदे हुंदे सी। उहनां दे दिल च कामरेडां लई बड़ी घिरना सी। तेरी जिंदगी खराब हो जानी है यह गल उहदे पिता ने कही। हैरानी ते भूपी नूं इस गल दी होई कि जिहड़ा पिता हैडमास्टर निरंजन दास दे साली नाल संबंधां नूं दरगुजर कर चुका सी ते हैडमास्टर नूं सलाह दे चुका सी कि जे तेरी साली दे बच्चा होण वाला है तां तूं उहदे नाल विआह करवा लै। उही पिता भूपी दी कामरेडां नाल दोस्ती नूं जिंदगी तबाह होण दे बराबर समझदा सी। खबरदार जे तूं अगों उत्थे गया भूपी कम्युनिस्टां दा अखबार अवामी जमहूरीयत पढ़दा कामरेड भजन सिंह नाल स्टडी सर्कल ते जांदा पर इस तरह के लुको बनिया रहे ते पिता नूं यही लगे कि मुंडा अपनी पढ़ाई दे सिलसिले च अपने दोस्त दे घर काम करन ही जांदा। अज इत्थे कामरेड बलराज मेहता दी तकरीर सुणदिआं सुणदिआं अपने ख्यालां च गुआचे दा ध्यान उस वेले परतिआ जदों मेहते ने इस गल वल इशारा कीता कि असीं लोक हड़ताल करन वेले नेड़े दी सोच लै के टुरदे हाँ कि दूर दी सोच लै के टुरदे हाँ। भुपिंदर नूं याद आया गौरमेंट कॉलेज च हुणे ही हड़ताल कराउंदे कराउंदे मसई मुड़े सी
ਤੇ ਜਦੋਂ ਭਾਰਤ ਭੂਸ਼ਣ ਨੇ ਊਸ਼ਾ ਦੇ ਥੱਪੜ ਦੇ ਜਵਾਬ ਵਿੱਚ ਉਹਨੂੰ ਥੱਪੜ ਮਾਰਿਆ ਸੀ, ਭਾਰਤ ਭੂਸ਼ਣ ਨੇ ਤੇ ਊਸ਼ਾ ਕੋਲੋਂ ਲੰਘਦਿਆਂ ਵੇਖ ਕੇ ਕਿਹਾ ਸੀ, ਅੱਜ ਨਹੀਂ ਸਾਡੇ ਨਾਲ ਆਓਗੇ ਤੇ ਕੱਲ ਨੂੰ ਆਓਗੇ। ਊਸ਼ਾ ਨੇ ਸਮਝਿਆ ਕਿ ਉਹਦੇ ਵੱਲ ਇਸ਼ਾਰਾ ਸੀ। ਭਾਰਤ ਭੂਸ਼ਣ ਕਹਿੰਦਾ ਸੀ ਉਹਦਾ ਇਸ਼ਾਰਾ ਇਨਕਲਾਬ ਵੱਲ ਸੀ ਕਿ ਇਹ ਲੋਕ ਸਾਡੇ ਨਾਲ ਅੱਜ ਨਹੀਂ ਰਲਣਗੇ ਤਾਂ ਕੱਲ ਨੂੰ ਰਲਣਗੇ। ਤੇ ਪ੍ਰਿੰਸੀਪਲ ਵਿਦਿਆ ਚੰਦਰ ਨੇ ਹਾਲ 'ਚ ਮੀਟਿੰਗ ਕਰਕੇ ਭਾਰਤ ਭੂਸ਼ਣ ਤੋਂ ਮੁਆਫ਼ੀ ਮੰਗਵਾਈ ਸੀ। ਸਟੂਡੈਂਟ ਫੈਡਰੇਸ਼ਨ ਵਾਲਿਆਂ ਨੂੰ ਸ਼ਰਮਿੰਦਗੀ ਉਠਾਉਣੀ ਪਈ ਸੀ ਕਿਉਂਕਿ ਭਾਰਤ ਭੂਸ਼ਣ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਸੀ। ਇੱਕ ਵਾਰੀ ਤਾਂ ਕੇਵਲ ਨੇ ਅਤੇ ਹੋਰ ਕਾਮਰੇਡਾਂ ਨੇ ਹੜਤਾਲ ਕਰਨ ਦੀ ਸੋਚੀ ਸੀ, ਪਰ ਉਹਨਾਂ ਦੇ ਸੋਚਣ ਤੋਂ ਪਹਿਲਾਂ ਹੀ ਕੁੜੀਆਂ ਨੇ ਹੜਤਾਲ ਕੀਤੀ ਅਤੇ ਫਿਰ ਸਾਰੇ ਕਾਲਜ ਵਿੱਚ ਭਾਰਤ ਭੂਸ਼ਣ ਦੇ ਥੱਪੜ ਦੇ ਖਿਲਾਫ ਹੜਤਾਲ ਹੋ ਗਈ ਸੀ। ਕੇਵਲ ਹੋਰਾਂ ਕੋਲ ਸਮਝੌਤੇ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਭੁੱਪੀ ਨੂੰ ਉਦੋਂ ਸਮਝ ਆਈ ਸੀ ਕਿ ਹਰ ਵਾਰੀ ਕਾਮਰੇਡਾਂ ਦਾ ਹੱਥ ਉੱਤੇ ਨਹੀਂ ਰਹਿ ਸਕਦਾ। ਅੱਜ ਬਲਰਾਜ ਮਹਿਤੇ ਦੀਆਂ ਗੱਲਾਂ ਤੋਂ ਉਹਨੂੰ ਪੱਕ ਹੋ ਗਿਆ ਕਿ ਨਿਰਾ ਨਾਅਰੇਬਾਜ਼ੀ ਹੜਤਾਲਾਂ ਨਾਲ ਨਾ ਇਨਕਲਾਬ ਆ ਸਕਦਾ, ਨਾ ਲੋਕਾਂ ਨੂੰ ਬਾਹਲਾ ਚਿਰ ਆਪਣੇ ਨਾਲ ਜੋੜੀ ਰੱਖ ਸਕਦਾ ਹੈ। ਉਸ ਵੇਲੇ ਜੇ ਸਮਝੌਤਾ ਨਾ ਕਰਦੇ ਜਾਂ ਮਾਫ਼ੀ ਨਾ ਮੰਗਦੇ ਤਾਂ ਹਾਰਨ ਦਾ ਡਰ ਸੀ। ਹਾਰ ਤੇ ਫਿਰ ਵੀ ਉਹ ਗਏ ਕਿਉਂਕਿ ਇੱਕ ਹੋਰ ਸਟੂਡੈਂਟ ਫੈਡਰੇਸ਼ਨ ਦਾ ਮੁੰਡਾ ਖੜਾ ਹੋ ਗਿਆ। ਵੋਟਾਂ ਪਾਟ ਗਈਆਂ, ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਬਣਨ ਦੀ ਰੀਤ ਟੁੱਟ ਗਈ। ਜਿਹੜਾ ਜਿੱਤਿਆ ਉਹ ਸੰਘੀ ਸੀ। ਉਹਨੇ ਭੁੱਪੀ ਨੂੰ ਇਹ ਸੋਚ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭੁੱਪੀ ਵੀ ਸੰਘੀ ਦਾ ਪੁੱਤਰ ਹੈ, ਪਰ ਭੁੱਪੀ ਨੇ ਸਾਫ਼ ਕਹਿਤਾ, ਮੇਰਾ ਤਾਂ ਤੂੰ ਸੋਚ ਵੀ ਨਹੀਂ ਸਕਦਾ। ਜਿੱਤ ਉਹੀ ਗਿਆ, ਪਰ ਭੁੱਪੀ ਆਪਣੀ ਗੱਲ 'ਤੇ ਪੱਕਾ ਰਿਹਾ। ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ, ਕੇਵਲ ਨੇ ਜਾਣ ਬੁੱਝ ਕੇ ਦੂਜੇ ਮੁੰਡੇ ਨੂੰ ਖੜਾ ਕੀਤਾ। ਰਵੀ ਤਾਂ ਇਹੋ ਕਹਿੰਦਾ ਸੀ ਕਿਉਂਕਿ ਉਹ ਸਕੱਤਰੀ ਲਈ ਖੜਾ ਹੋਇਆ ਸੀ। ਦੋਵੇਂ ਹਾਰ ਗਏ, ਵਿਚਲੀ ਗੱਲ ਦਾ ਕਦੀ ਪਤਾ ਨਹੀਂ ਲੱਗਾ। ਅੰਗ ਦੂਜਾ, ਭਾਗ ਦੂਜਾ, ਅੰਗ ਦਸਵਾਂ। ਉਸ ਮੀਟਿੰਗ 'ਚ ਕੁੰਦਨ ਨਹੀਂ ਬੋਲਿਆ। ਅੱਜ ਉਹ ਸਿਰਫ ਇਹਨਾਂ ਲੋਕਾਂ ਦੀਆਂ ਗੱਲਾਂ ਸੁਣਨ ਆਇਆ ਸੀ। ਅਸਲ 'ਚ ਉਹਨੂੰ ਵਿਦਿਆਰਥੀ ਲਹਿਰ ਦਾ ਬਾਹਲਾ ਪਤਾ ਨਹੀਂ ਸੀ। ਆਪਣੀ ਪੜ੍ਹਾਈ ਵੇਲੇ ਉਹਨੇ ਆਜ਼ਾਦੀ ਦੀ ਲਹਿਰ 'ਚ ਹਿੱਸਾ ਤਾਂ ਲਿਆ ਸੀ, ਪਰ ਉਦੋਂ ਲੀਡਰ ਨਹੀਂ ਸੀ। ਫਿਰ ਉਹ ਟਰੇਡ ਯੂਨੀਅਨ ਵਾਲੇ ਪਾਸੇ ਪੈ ਗਿਆ। ਟਰੇਡ ਯੂਨੀਅਨ ਦਾ ਤਜਰਬਾ ਬਾਹਲਾ ਵੱਖਰਾ ਨਹੀਂ ਸੀ। ਵਿਦਿਆਰਥੀ ਲਈ ਉਹ ਆਪਣੇ ਆਪ ਨੂੰ ਸਿਰਫ ਸਲਾਹਕਾਰ ਹੀ ਮੰਨਦਾ, ਲੀਡਰ ਨਹੀਂ। ਜਿਵੇਂ ਉਹਨੂੰ ਮਧੂਵਾਲ ਜਾਣ ਦੀ ਕਾਲ ਸੀ, ਉਹਦੇ ਮਿਲਣ ਦਾ ਵਕਤ ਹੋ ਗਿਆ ਸੀ, ਪਰ ਮੀਟਿੰਗ ਖਤਮ ਹੋਣ 'ਚ ਹੀ ਨਹੀਂ ਸੀ ਆਉਂਦੀ। ਕਾਮਰੇਡ ਜਦੋਂ ਬੋਲਣ ਲੱਗਣ ਉਦੋਂ ਹਟਦੇ ਨਹੀਂ। ਉਹ ਆਪ ਨਹੀਂ ਸੀ ਹਟਦਾ, ਦੂਜਿਆਂ ਨੂੰ ਕੀ ਕਹਿ ਸਕਦਾ ਸੀ। ਇਸ ਤਕਰੀਰ, ਦੂਜੀ ਤਕਰੀਰ, ਇੱਕ ਤਕਰੀਰ, ਦੂਜੀ ਤਕਰੀਰ, ਸਮੋਸੇ ਗੁਲਾਬ ਜਾਮਣ ਤੇ ਖਾਧੇ ਗਏ ਸਨ। ਹੁਣ ਤੇ ਤਕਰੀਰਾਂ ਦੀ ਕਲਿਆਈ ਵੀ ਹੁਣ ਟੱਪ ਗਈ ਸੀ। ਹੌਲੀ ਹੌਲੀ ਉਹਨੂੰ ਤਰਕੀਬਾਂ ਸੁਣਨੋਂ ਹਟ ਗਈਆਂ, ਬਿਰਤੀ ਹੋਰ ਪਾਸੇ ਜੁੜ ਗਈ। ਉਹਨੂੰ ਹੈਰਾਨੀ ਹੋਈ ਕਿ ਉਹ ਫਿਲਮੀ ਹੀਰੋ ਵਾਂਗ ਮਧੂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ ਚਿਤਵਦਾ। ਅੱਜ ਦੇ ਦਿਹਾੜੇ ਮੈਂ ਇੱਕ ਵਾਰ ਫਿਰ ਰਿਹਾਅ ਹੋ ਕੇ ਆਏ ਕਾਮਰੇਡਾਂ ਨੂੰ ਜੀ ਆਇਆਂ ਕਹਿੰਦਾ, ਇਨਕਲਾਬ ਲਈ ਸਾਡੀ ਲੜਾਈ ਸਭ ਫਰੰਟਾਂ 'ਤੇ ਚੱਲਦੀ ਰਹੇਗੀ। ਸਾਰੇ ਉੱਠ ਖਲੋਤੇ, ਲਗਭਗ ਸਾਰੇ ਕਾਲੀ ਕਾਲੀ ਪੌੜੀਆਂ ਉੱਤਰ ਕੇ ਆਪਣੇ ਆਪਣੇ ਰਾਹ ਪੈ ਗਏ। ਕੇਵਲ ਨੇ ਬਲਰਾਜ ਮਹਿਤਾ ਨੂੰ ਅਤੇ ਪ੍ਰੇਮ ਨੂੰ ਕਿਹਾ ਕਿ ਉਹ ਰੁਕ ਜਾਣ, ਪਰ ਉਹ ਰੁਕੇ ਨਹੀਂ। ਦੋਹਾਂ ਨੇ ਆਪਣੇ ਆਪਣੇ ਪਿਆਰ ਨਾਲ ਸ਼ਾਮ ਗੁਜ਼ਾਰਨੀ ਸੀ। ਸ਼ੀਲਾ ਅਤੇ ਦਲਬੀਰ ਵੀ ਪੌੜੀਆਂ ਲੈ ਆਏ, ਉਹਨਾਂ ਨਾਲ ਰੱਖ ਬਾਗ ਵਾਲੇ ਕਮਿਊਨ ਵੱਲ ਚਲੀਆਂ ਗਈਆਂ। ਸਿਰਫ ਕੁੰਦਨ ਦੀ ਹਾਲ ਉਹਨਾਂ ਨਾਲੋਂ ਵੱਖ ਹੋ ਕੇ ਫੁਹਾਰਾ ਚੌਕ ਵੱਲ ਚਲਾ ਗਿਆ। ਸ਼ਾਮ ਪਈ ਲੈਂਦੀ ਸੀ। ਅਜੀਤ ਤੇ ਭਰਪੂਰ ਕੁੰਦਨ ਦੇ ਨਾਲ ਰਹੇ, ਨਿੱਕੀਆਂ ਨਿੱਕੀਆਂ ਗੱਲਾਂ ਕਰਦੇ। ਉਹ ਇਸ ਗੱਲੋਂ ਬਿਲਕੁਲ ਬੇਖਬਰ ਸਨ ਕਿ ਕੁੰਦਨ ਉਹਨਾਂ ਨਾਲੋਂ ਵੱਖਰੇ ਰਾਹ ਪੈ ਜਾਣਾ ਚਾਹੁੰਦਾ। ਤੁਹਾਡੇ ਕੋਲ ਪਹੁੰਚ ਕੇ ਉਹਨਾਂ ਫੁਹਾਰੇ ਕੋਲ ਪਹੁੰਚ ਕੇ ਉਹਨਾਂ ਅਜੀਤ ਨੂੰ ਕਿਹਾ, ਤੂੰ ਇੰਨੀ ਦੂਰ ਆ ਗਿਆ, ਘਰ ਪਹੁੰਚ, ਘਰੇ ਪਹੁੰਚ। ਅਜੀਤ ਦੀ ਇਸ ਚੌਂਕ ਨਾਲ ਵੱਖਰੀ ਕਿਸਮ ਦੀ ਸਾਂਝ ਸੀ। ਹਾਲੇ ਪਿਛਲੇ ਹਫ਼ਤੇ ਉਹ 2 ਘੰਟੇ ਮਾਲ ਰੋਡ 'ਤੇ ਟਹਿਲਦਾ ਰਿਹਾ ਸੀ, ਫੁਹਾਰੇ ਤੋਂ ਕਮਿਊਨ ਤੱਕ ਅਤੇ ਫਿਰ ਕਮਿਊਨ ਤੋਂ ਫੁਹਾਰੇ ਤੱਕ ਵਾਪਸ। ਇੱਕ ਬੇਚੈਨੀ ਜੀ ਉਹਦੇ ਮਨ 'ਚ ਖੋਰੂ ਪਾਈ ਜਾਂਦੀ ਸੀ। ਉਸ ਰਾਤ ਉਹਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਜ਼ਿੰਦਗੀ 'ਚ ਉਹਨੇ ਕੀ ਕਰਨਾ, ਕਿਵੇਂ ਕਰਨਾ। ਉਹ ਨੌਕਰੀ ਕਰਨਾ ਚਾਹੁੰਦਾ ਸੀ ਜਾਂ ਪਿਤਾ ਨਾਲ ਦੁਕਾਨਦਾਰੀ, ਪਰ ਇਹਦੇ ਨਾਲੋਂ ਵੀ ਵੱਡਾ ਫੈਸਲਾ ਜਿਹੜਾ ਉਹਨੂੰ ਬੇਚੈਨ ਕਰ ਰਿਹਾ ਸੀ, ਉਹ ਸੀ ਪਾਰਟੀ ਨਾਲ ਆਪਣਾ ਸੰਬੰਧਾਂ ਦਾ ਬਣਨ ਵਾਲਾ ਰਿਸ਼ਤਾ। ਜੇ ਉਹਦੇ ਮਨ 'ਚ ਦੁਬਿਧਾ ਨਾ ਹੁੰਦੀ ਤਾਂ ਸ਼ਾਇਦ ਉਹਨੂੰ ਇਹ ਬੇਚੈਨੀ ਵੀ ਨਾ ਪੈਂਦੀ। ਜੇ ਬੰਦਾ ਆਪਣੇ ਮਨੋਂ ਪੱਕਾ ਹੋਵੇ ਤਾਂ ਫਿਰ ਨਾ ਦੁਬਿਧਾ ਜਾਗਦੀ ਹੈ ਅਤੇ ਨਾ ਬੇਚੈਨੀ ਹੁੰਦੀ ਹੈ। ਕੀ ਅਜੀਤ ਆਪਣੇ ਆਦਰਸ਼ ਤੋਂ ਥਿੜਕ ਗਿਆ ਸੀ? ਕੀ ਉਹਨੂੰ ਇਨਕਲਾਬ ਬਾਰੇ ਕੋਈ ਸੰਦੇਹ ਪੈਦਾ ਹੋ ਗਿਆ ਸੀ? ਜਾਂ ਉਹਨੂੰ ਆਪਣੇ ਬਾਰੇ ਇਹ
ਸੰਦੇਹ ਪੈਦਾ ਹੋ ਗਿਆ ਸੀ ਕਿ ਜੇ ਉਹ ਪਿਤਾ ਨਾਲ ਰਲ ਕੇ ਵਪਾਰ 'ਚ ਪੈ ਜਾਂਦਾ ਤਾਂ ਸ਼ਾਇਦ ਉਹ ਦੁਬਧਾ 'ਚ ਨਾ ਪੈਦਾ ਹੁੰ ਤਾਂ ਇਹ ਦੁਬਧਾ ਨਾ ਪੈਦਾ ਹੁੰਦੀ। ਉਹਦੇ ਮਨ 'ਚ ਨੌਕਰੀ ਦੀ ਗੱਲ ਸੀ, ਉਹ ਵੀ ਸਰਕਾਰੀ। ਜੇ ਉਹ ਸਰਕਾਰੀ ਨੌਕਰੀ ਬਾਰੇ ਨਾ ਸੋਚਦਾ ਤਾਂ ਵੀ ਦੁਬਿਧਾ ਨਾ ਪੈਂਦੀ। ਸ਼ਾਇਦ CID ਦਾ ਪਰਛਾਵਾਂ ਉਹਨੂੰ ਭੈਭੀਤ ਕਰ ਦਿੰਦਾ ਸੀ, ਸ਼ਾਇਦ ਉਹਨੂੰ ਗ੍ਰਿਫਤਾਰੀ ਕੋਲੋਂ ਡਰ ਲੱਗਦਾ ਸੀ, ਸ਼ਾਇਦ ਜੂਨੀਅਰਸ ਫਿਊਚਿਕ 'ਤੇ ਹੋਏ ਹਮਲਿਆਂ ਦਾ ਹਾਲ ਪੜ੍ਹ ਕੇ ਉਹ ਗ੍ਰਿਫਤਾਰ ਹੋਏ ਸਨ। ਉਹ ਆਪਣੇ ਪਿਤਾ ਦੀ ਅੰਗਰੇਜ਼ੋ ਹਿੰਦੁਸਤਾਨ ਛੱਡੋ ਦੀ 1942 ਵਾਲੀ ਕੈਦ ਵਿਸਰ ਗਿਆ ਸੀ, ਉਹ ਕੈਦ ਜਿਹੜੀ ਉਹਨਾਂ ਜਸ਼ਨ ਵਾਂਗ ਮਨਾਈ ਸੀ। ਅੱਜ ਕੁੰਦਨ ਕੋਲ ਉਸੇ ਚੌਂਕ ਕੋਲ ਉੱਪੜ ਕੇ ਉਹਨੂੰ ਪਿਛਲੇ ਹਫ਼ਤੇ ਦੀ ਬੇਚੈਨੀ ਯਾਦ ਕਰਕੇ ਸ਼ਰਮ ਆਈ ਸੀ, ਪਰ ਇਹ ਸ਼ਰਮ ਕਿਸੇ ਨੇ ਸਹੀ ਨਹੀਂ ਸੀ ਕੀਤੀ, ਉਹਦੇ ਮਨ ਅੰਦਰ ਹੀ ਰਹੀ ਸੀ। ਫੁਹਾਰੇ ਕੋਲ ਪਹੁੰਚ ਕੇ ਉਹਨੇ ਭਰਪੂਰ ਕੁੰਦਨ ਕੋਲੋਂ ਵਿਛੜ ਗਏ। ਭਰਪੂਰ ਆਪਣੀ ਸਕੂਲ ਸਾਈਕਲ 'ਤੇ ਚੜ੍ਹ ਕੇ ਭਾਰਤ ਨਗਰ ਚੌਂਕ ਤੱਕ ਅਜੀਤ ਦੇ ਨਾਲ ਆਇਆ ਅਤੇ ਫਿਰ ਉਹਨੇ ਆਪਣਾ ਸਾਈਕਲ ਬੜੇ ਵੱਲ ਮੋੜ ਲਿਆ ਅਤੇ ਅਜੀਤ ਨੇ ਰੇੜੇ ਮੈਦਾਨ ਵੱਲ। ਕੁੰਦਨ ਨੇ ਉਹਨਾਂ ਨਾਲੋਂ ਵਿਛੜ ਕੇ ਆਪਣੀ ਪੁਰਾਣੀ ਜੀ ਸਾਈਕਲ ਨੂੰ ਸਿੰਡੀਕੇਟ ਬਿਲਡਿੰਗ ਵਾਲੀ ਸੜਕ ਪਾ ਲਿਆ। ਉਹਦਾ ਮਨ ਪਿਛਲੀਆਂ ਹੁਣੇ ਹੁਣੇ ਬੀਤੀਆਂ ਕੇਵਲ ਦੇ ਘਰ ਦੀਆਂ ਛੱਤ 'ਤੇ ਹੋਈ ਚਾਰ ਪਲੇਟ ਪਾਰਟੀ ਦੀਆਂ ਗੱਲਾਂ ਵਿਸਰ ਗਈਆਂ ਸੀ। ਇਸ ਵੇਲੇ ਉਹ ਪਿੱਛੇ ਵੱਲ ਨਹੀਂ ਮਧੂ ਨਾਲ ਹੋਣ ਵਾਲੀ ਮੁਲਾਕਾਤ ਬਾਰੇ ਸੋਚਦਾ ਪਿਆ ਸੀ, ਪਰ ਉਹਨੂੰ ਨਹੀਂ ਸੀ ਪਤਾ ਕਿ ਇਹ ਮੁਲਾਕਾਤ ਉਹਦੀ ਮਧੂ ਨਾਲ ਆਖਰੀ ਮੁਲਾਕਾਤ ਸੀ। ਵਿਛੜਨ ਲੱਗਿਆ ਅਜੀਤ ਨੇ ਭਰਪੂਰ ਨੂੰ ਪੁੱਛਿਆ, ਤੈਨੂੰ ਤੇਰੇ ਘਰਦੇ ਨਹੀਂ ਪੁੱਛਦੇ? ਕੀ ਕਿੱਥੇ ਰਹੇ ਇੰਨੇ ਚਿਰ? ਨਹੀਂ ਪੁੱਛਦੇ, ਸਾਡਾ ਘਰ ਕਾਮਰੇਡਾਂ ਦਾ। ਫਿਰ ਤਾਂ ਮੌਜ ਹੈ, ਕਹਿੰਦੇ ਉਹ ਸਟੂਡੈਂਟ ਫੈਡਰੇਸ਼ਨ ਦੇ ਕੰਮ ਗਿਆ ਸੀ। ਇੰਨਾ ਸੌਖਾ ਨਹੀਂ, ਕਦੀ ਕਦੀ ਝਿੜਕਾਂ ਵੀ ਪੈ ਜਾਂਦੀਆਂ। ਕਿਸ ਗੱਲੋਂ? ਪੜ੍ਹਾਈ ਪਿੱਛੋਂ। ਫਿਰ ਵੀ ਮੇਰੇ ਨਾਲ ਉਹ ਵੱਡੀ ਖੇਤੀ ਹੈ। ਖੇਤੀ ਤਾਂ ਹੈ, ਅਤੇ ਤੇਰੇ ਬਾਪ ਦਾ ਵੀ ਅਤੇ ਵਪਾਰ ਹੈ। ਕਾਹਦਾ ਵਪਾਰ? ਰੁਪਈਏ ਪਿੱਛੇ ਗਾਹਕਾਂ ਨਾਲ ਝੂਠ ਸੱਚ ਬੋਲਣਾ ਪੈਂਦਾ। ਫਿਰ ਕੀ ਹੈ, ਸਾਡੇ ਵੀ ਤਾਂ ਹੈ ਮਿੱਟੀ ਨਾਲ ਮਿੱਟੀ ਹੋਣਾ। ਅਤੇ ਮੈਂ ਅਸਲ ਵਿੱਚ ਪੜ੍ਹਨ ਲਿਖਣ ਵੱਲ ਜਾਣਾ ਚਾਹੁੰਦਾ, ਉੱਥੇ ਦੁਕਾਨ 'ਤੇ ਬਹਿ ਕੇ ਵੀ ਹੋ ਸਕਦਾ। ਨਹੀਂ, ਸਾਰਾ ਧਿਆਨ ਫਿਰ ਪੈਸੇ ਧੇਲੇ ਵੱਲ ਹੀ ਰਹਿਣਾ। ਚਲੋ ਠੀਕ ਹੈ, ਜੋ ਹੋਏਗੀ ਵੇਖੀ ਜਾਏਗੀ। ਨੌਕਰੀ ਕਿਹੜੀ ਸੌਖੀ ਮਿਲਦੀ ਹੈ? ਲੜਾ ਕੋਈ ਤਿਗੜਮ, ਤੇਰੇ ਪਿਓ ਤਾਂ ਕਾਂਗਰਸੀ ਹੈ, ਲੜਾਇਆ ਅਤੇ ਪਿੱਛੋਂ CID ਦੀ ਰਿਪੋਰਟ ਚਲੀ ਗਈ। ਹਾਲਾ ਤੂੰ ਕਦੀ ਗੱਲ ਨਹੀਂ ਕੀਤੀ? ਬਸ ਇਹੋ ਸੋਚਦਾ ਸੀ ਕਿ ਜੇ ਫਿਰ ਕਦੀ ਥਾਂ ਨਾ ਵੀ ਮਿਲੀ ਤਾਂ CID ਮਗਰੇ ਰਹਿਣੀ ਹੈ। ਹੁਣ ਤਾਂ ਸਰਕਾਰ ਕੁਝ ਨਰਮ ਲੱਗਦੀ ਹੈ, ਸਵਾਹ ਨਰਮ ਲੱਗਦੀ ਹੈ, ਪਤਾ ਤਾਂ ਵਕਤ ਆਉਣ 'ਤੇ ਲੱਗਦਾ ਹੈ। ਚੰਗਾ, ਫਿਰ ਗੱਲ ਕਰਾਂਗੇ। ਉੱਧਰ ਕੁੰਦਰ ਨੇ ਜਦੋਂ ਮਧੂ ਦੇ ਘਰ ਦਾ ਬੂਹਾ ਖੜਕਾਇਆ ਅਤੇ ਬੂਹਾ ਮਧੂ ਦੀ ਮਾਂ ਨੇ ਖੋਲਿਆ। ਆ ਬੇਟਾ, ਤੈਨੂੰ ਉਡੀਕਦੇ ਸਾਂ। ਕੀ ਗੱਲ? ਕੁਛ ਨਹੀਂ, ਮਧੂ ਰੋਈ ਜਾਂਦੀ ਹੈ। ਚਲੋ ਪੁੱਛ ਲੈਂਦੇ ਹਾਂ, ਕੀ ਗੱਲ ਹੈ? ਮੈਨੂੰ ਤਾਂ ਦੱਸਦੀ ਕੁਛ ਨਹੀਂ, ਕਦੀ ਗੁਆਚ ਜਾਂਦੀ ਹੈ, ਕਦੀ ਰੋਣ ਲੱਗ ਪੈਂਦੀ ਹੈ। ਕੁੰਦਰ ਨੇ ਦਲੀਜਾਂ ਟੱਪ ਕੇ ਇੱਧਰ ਉੱਧਰ ਤੱਕਿਆ, ਮਧੂ ਉਸ ਕਮਰੇ ਵਿੱਚ ਨਹੀਂ ਸੀ। ਕੁੰਦਰ ਨੇ ਅੱਗੇ ਵੱਲ ਉੜ ਕੇ ਮਧੂ ਦੀ ਮਾਂ ਆਂਟੀ ਦੇ ਕੰਨਾਂ ਵਿੱਚ ਘੁਰ ਘੁਰ ਕੀਤੀ ਅਤੇ ਅਗਲੇਰੇ ਕਮਰੇ 'ਚ ਲੰਘ ਗਿਆ। ਬੂਆ ਉਹਨੇ ਸਹਿਬਣੀ ਆਪਣੇ ਪਿੱਛੇ ਢੋ ਛੱਡਿਆ ਸੀ। ਮਧੂ ਦੀ ਮਾਂ ਨੇ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ, ਉਹਨੂੰ ਚੰਗਾ ਨਹੀਂ ਲੱਗਾ। ਉਹਨੇ ਆਪ ਹੀ ਤਾਂ ਪਹਿਲੇ ਦਿਨ ਕੁੰਦਰ ਨੂੰ ਇਹਨਾਂ ਦਲੀਜਾਂ ਦੇ ਅੰਦਰ ਵਾੜਿਆ ਸੀ। ਉਹਦੇ ਮਨ 'ਚ ਕੋਈ ਭਰਮ ਨਹੀਂ ਸੀ, ਗੱਲ ਤਾਂ ਅਸਲ 'ਚ ਉਹਦੀ ਮਰਜ਼ੀ ਨਾਲ ਹੀ ਟੁਰੀ ਸੀ, ਪਰ ਜਿਹੜੀ ਮਧੂ ਅੱਗੇ ਉਹਨੂੰ ਗੱਲਾਂ ਦੱਸ ਦਿੰਦੀ ਸੀ ਉਦੋਂ ਉਹਨੂੰ ਕਦੀ ਚਿੰਤਾ ਨਹੀਂ ਸੀ, ਪਰ ਅੱਜ ਉਹਨੂੰ ਗਲੇਡੂ ਭਰਨ 'ਤੇ ਕਦੀ ਚੁੱਪ ਚਾਪ ਬੈਠਣ ਕਰਕੇ ਚਿੰਤਾ ਹੋਈ ਸੀ। ਇੱਕ ਦੋ ਵਾਰੀ ਉਹਨੇ ਮਧੂ ਨੂੰ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਕੁਛ ਨਹੀਂ ਕਹਿ ਕੇ ਮਧੂ ਨੇ ਮਾਂ ਦੀ ਗੱਲ ਨੂੰ ਟਾਲ ਦਿੱਤਾ ਸੀ। ਅਸਲ ਵਿੱਚ ਅੱਜ ਕੇਵਲ ਨੇ ਮਧੂ ਨੂੰ ਵੀ ਆਪਣੇ ਘਰ 'ਚ ਹੋਣ ਵਾਲੀ ਚਾਹ ਪਾਰਟੀ ਦਾ ਸੱਦਾ ਦਿੱਤਾ ਸੀ। ਮਧੂ ਨੇ ਜਦੋਂ ਮਾਂ ਨਾਲ ਇਸ ਮੀਟਿੰਗ 'ਚ ਜਾਣ ਦੀ ਗੱਲ ਕੀਤੀ ਸੀ ਤਾਂ ਉਹਨੇ ਸਿਰਫ ਇੰਨਾ ਪੁੱਛਿਆ ਸੀ, ਕਿਸ ਵੇਲੇ ਪਰਤੋਗੇ? ਤਾਂ ਅੱਗੋਂ ਮਧੂ ਨੇ ਸਿਰਫ ਇੰਨਾ ਹੀ ਕਿਹਾ ਸੀ, ਜਦੋਂ ਮੁੱਕੀ ਉਦੋਂ ਆ ਜਾਂਗੇ। ਪਰ ਉਹਦੇ ਮਨ 'ਚ ਇਹ ਗੱਲ ਵੀ ਸੀ ਕਿ ਉਹ ਵਾਪਸੀ 'ਤੇ ਕੁੰਦਨ ਲਾਲ ਨਾਲ ਟਹਿਲਦੀ ਆਏਗੀ ਅਤੇ ਫੁਹਾਰੇ ਵਾਲੇ ਚੌਂਕ ਤੋਂ ਕਚਹਿਰੀਆਂ ਵੱਲ ਮੁੜਨ ਦੀ ਥਾਂ ਸਮਿੱਟੀ ਰੋਡ ਦੀ ਇਕੱਲ ਵੱਲ ਪਰਤ ਜਾਏਗੀ, ਅਤੇ ਜੇ ਕੁੰਜਰ ਨੇ ਉਹਦਾ ਹੱਥ ਫੜ ਲਿਆ ਤਾਂ ਅੱਗੇ ਵਾਂਗ ਆਪਣਾ ਹੱਥ ਪਿਛਾਂ ਨਹੀਂ ਹਟਾਏਗੀ। ਪਰ ਇਹ ਗੱਲ ਮਨ ਵਿੱਚ ਆਉਂਦਿਆਂ ਹੀ ਉਹਦਾ ਮਨ ਘਾਉ ਮਾਉ ਹੋ ਗਿਆ। ਕਿ ਮੈਂ ਉਹਦਾ ਹੱਥ ਫੜਨ ਜੋਗੀ ਆ? ਕਿ ਮੇਰੇ ਮਨ 'ਚ ਉਹੀ ਕੁਝ ਹੁੰਦਾ ਜੋ ਉਹਦੇ ਮਨ 'ਚ ਹੈ? ਹੁਣ ਜੇ ਮੇਰੇ ਮਨ 'ਚ ਆਇਆ ਉਹ ਮੈਂ ਕਿਸੇ ਨੂੰ ਨਹੀਂ ਦੱਸ ਸਕਦੀ, ਆਪਣੇ ਆਪ ਨੂੰ ਵੀ
ਤੇ ਮੈਨੂੰ ਹੁਣ ਹੀ ਸਮਝ ਆਈ ਹੈ ਕਿ ਮੈਂ ਇਹ ਕੀ ਪਈ ਕਰਦੀ ਹਾਂ। ਕੀ ਇਹੋ ਜਿਹੇ ਬੰਦੇ ਨੂੰ ਧੋਖਾ ਦਿੱਤਾ ਜਾ ਸਕਦਾ ਹੈ ਕਿ ਮੈਂ ਉਹਨੂੰ ਧੋਖਾ ਦੇ ਰਹੀ ਹਾਂ? ਇਹਨਾਂ ਸੋਚਾਂ 'ਚ ਹੀ ਉਂਗਲੀ ਹੱਥ ਉੱਥੇ ਦੇ ਉੱਥੇ ਰੁਕ ਗਏ। ਉਹਨੂੰ ਇੰਝ ਲੱਗਾ ਜਿਕਣ ਉਹਦੇ ਹੱਥਾਂ ਦੀਆਂ ਉਂਗਲੀਆਂ ਕੰਬਦੀਆਂ ਪਈਆਂ ਹੋਣ। ਉਹਨੇ ਰਸੋਈ ਵਿੱਚ ਖਲੋਤੀ ਨੇ ਪਿਆਜ਼ ਕੱਟਣ ਲਈ ਫੜੀ, ਛੁਰੀ ਉੱਥੇ ਰੱਖ ਦਿੱਤੀ, ਚੌਂਕੀ 'ਤੇ ਉੱਠ ਖਲੋਤੀ, ਪਿਆਜ਼ ਨਾਲ ਅੱਖਾਂ 'ਚ ਆਇਆ ਪਾਣੀ ਕਮੀਜ਼ ਦੀ ਬਾਂਹ ਨਾਲ ਪੂੰਝਿਆ। ਉਹਦਾ ਮਨ ਇੰਨਾ ਢਹਿ ਗਿਆ ਸੀ ਕਿ ਉਹਦੇ ਸੱਚੇ ਹੰਝੂਆਂ ਦੀ ਕਾਮਨਾ ਕੀਤੀ, ਪਿਆਜ਼ ਦੀ ਕੁੜੱਤਣ ਦੇ ਹੰਝੂ 'ਤੇ ਉਹਦੇ ਪੂੰਝ ਛੱਡੇ, ਪਰ ਜਿਹੜੇ ਅੱਥਰੂ ਉਹਦੇ ਅੰਦਰ ਸਨ ਉਹ ਇਸ ਮਾਂ ਨੂੰ ਵੀ ਨਹੀਂ ਸੀ ਦਿਸਦੇ ਅਤੇ ਨਾ ਵਿਖਾਏ ਜਾ ਸਕਦੇ ਸੀ। ਉਹਨੂੰ ਇੰਝ ਲੱਗਦਾ ਸੀ ਜਿਕਣ ਉਹੀ ਮਾਂ ਉਹਦੇ ਅਣਦਿਸਦੇ ਅਤੇ ਅਣਵਗੇ ਅੱਥਰੂਆਂ ਦੀ ਜ਼ਿੰਮੇਵਾਰ ਹੋਵੇ। ਇਸ ਲਈ ਜਦੋਂ ਪਿਆਜ਼ ਝੀਰ ਨੇ ਛੱਡ ਕੇ ਮਸ਼ੀਨ ਅੱਗੇ ਜਾ ਬੈਠੀ ਤਾਂ ਕੋਲ ਆ ਕੇ ਮਾਂ ਨੇ ਕਿਹਾ, ਬਹਿ ਗਈ ਤਾਂ ਉਹਨੇ ਸਿਰਫ ਇੰਨਾ ਹੀ ਕਿਹਾ, ਚਾਹ ਬਣਾਵਾਂ? ਮੈਂ ਆਪੇ ਬਣਾ ਲਾਂਗੀ, ਤੂੰ ਤਿਆਰ ਹੋ ਜਾ। ਮਧੂ ਚੁੱਪ ਰਹੀ, ਉਹਨੇ ਅੱਖਾਂ ਚੁੱਕ ਕੇ ਮਾਂ ਵੱਲ ਨੀਝ ਨਾਲ ਤੱਕਿਆ। ਮਾਂ ਦਾ ਧਿਆਨ ਮਸ਼ੀਨ ਦੀ ਸਿਉਣ ਵੱਲ ਸੀ, ਇਸ ਲਈ ਉਹਦੇ ਮਧੂ ਨੂੰ ਵਧੀਕ ਸਹੀ ਨਹੀਂ ਕੀਤਾ। ਮੈਂ ਚਾਹ ਬਣਾ ਲਿਆਉਂਦੀ ਹਾਂ, ਮੈਂ ਅਜੇ ਮੀਟਿੰਗ ਨਹੀਂ ਜਾਣਾ। ਖੁਦਾ, ਕਿਉਂ? ਬਸ ਮਨ ਨਹੀਂ ਕਰਦਾ, ਪਰ ਅੱਖਾਂ 'ਤੇ ਪੂੰਝ ਲਏ, ਪਿਆਜ਼ ਕਰਕੇ ਪਾਣੀ ਆ ਗਿਆ। ਹਲਾ ਬਣਾ ਲਿਆ। ਰਸੋਈ 'ਚ ਜਾ ਕੇ ਮਧੂ ਦੀਆਂ ਅੱਖਾਂ ਸੱਚੀ ਮੁੱਚੀ ਭਰੀਆਂ ਲੱਗੀਆਂ। ਉਹਨੂੰ ਨਹੀਂ ਸੀ ਪਤਾ ਕਿ ਉਹ ਇਹ ਖੇਡਦੀ ਇੰਨੀ ਅੱਗੇ ਲੰਘ ਜਾਏਗੀ। ਅੱਜ ਉਹਨੂੰ ਇਸ ਗੱਲ ਦਾ ਝੋਰਾ ਸੀ ਕਿ ਉਹਨੇ ਮਾਂ ਦੀ ਆਖੇ ਲੱਗ ਕੇ ਇੰਨੇ ਚੰਗੇ ਬੰਦਿਆਂ ਨਾਲ ਦਗਾ ਕਮਾਇਆ। ਇਹ ਖਿਆਲ ਅੱਜ ਅਚਾਨਕ ਪਟਾਕੇ ਵਾਂਗ ਉਹਦੇ ਮਨ 'ਚ ਫਟਿਆ ਸੀ। ਉਹ ਹੈਰਾਨ ਵੀ ਹੋਈ ਕਿ ਪਰੇਸ਼ਾਨ ਵੀ ਕਿ ਅੱਜ ਤੱਕ ਉਹਨੂੰ ਇਹ ਗੱਲ ਕਿਉਂ ਨਾ ਖੁੜਕੀ ਅਤੇ ਅੱਜ ਅਚਾਨਕ ਕਿਵੇਂ ਇਸ ਖਿਆਲ ਨੇ ਉਹਨੂੰ ਆਪਣੇ ਕਮੀਨੇਪਨ ਤੋਂ ਸੁਚੇਤ ਕਰਾ ਕੇ ਪਛਤਾਵਾ ਲਾ ਦਿੱਤਾ ਸੀ। ਪਛਤਾਵਾ ਹੀ ਨਹੀਂ, ਇੱਕ ਦਰਦ ਜਗਾ ਦਿੱਤਾ ਸੀ। ਅਤੇ ਹੁਣ ਜਦੋਂ ਕੁੰਦਨ ਉਹਦੇ ਸਾਹਮਣੇ ਕਮਰੇ ਦੀਆਂ ਦਲੀਜ਼ਾਂ ਲੰਘ ਕੇ ਅੰਦਰ ਆ ਗਿਆ ਆ ਖਲੋਤਾ ਸੀ ਤਾਂ ਉਹਦੀਆਂ ਅੱਖਾਂ ਨਹੀਂ ਸੀ ਝੁਕੀਂਦੀਆਂ। ਪਰ ਜਦੋਂ ਕੁੰਦਨ ਨੇ ਸਹਿਬਣ ਹੀ ਆਪਣੇ ਪਿੱਠ ਪਿੱਛੇ ਬੂਹਾ ਢੋ ਦਿੱਤਾ ਸੀ ਤਾਂ ਮਧੂ ਭੱਜ ਕੇ ਉਹਦੇ ਨਾਲ ਚੰਬੜ ਗਈ। ਉਹਨਾਂ ਦੀ ਪਹਿਲੀ ਸਰੀਰਕ ਛੋਹ ਸੀ। ਇਸ ਛੋਹ ਦੇ ਸਵਾਦ ਨੇ ਜਿਹੜੀ ਤਰੰਗ ਉਹਦੇ ਪਿੰਡੇ 'ਚੋਂ ਲੰਘਾਈ ਪਲ ਦੀ ਪਲ, ਉਹਨੂੰ ਆਪਣੀ ਦੋਸ਼ ਭਾਵਨਾ ਤੋਂ ਅਚੇਤ ਕਰ ਦਿੱਤਾ। ਉਹਦੀ ਜੱਫੀ ਪੀਡੀ ਹੋ ਗਈ ਅਤੇ ਜਦੋਂ ਕੁੰਦਨ ਨੇ ਉਹਨੂੰ ਆਪਣੇ ਨਾਲੋਂ ਵੱਖ ਕਰਕੇ ਉਹਦੀਆਂ ਅੱਖਾਂ 'ਚ ਤੱਕਿਆ ਤਾਂ ਮਧੂ ਨੇ ਅੱਖਾਂ ਚੁਰਾ ਲਈਆਂ। ਕੁੰਦਨ ਨੂੰ ਉਹਦਾ ਅੱਖਾਂ ਚੁਰਾਉਣਾ ਵੀ ਚੰਗਾ ਲੱਗਾ। ਇਹ ਫਿਲਮੀ ਅੰਦਾਜ਼ ਉਹਨੇ ਕਈ ਵਾਰੀ ਚਤਵਿਆ ਸੀ ਅਤੇ ਅੱਜ ਇੱਕ ਵਾਰੀ ਫਿਰ ਅੰਦਾਜ਼ ਵੇਖਣ ਨੂੰ ਮਿਲਿਆ ਸੀ। ਕੁੰਦਨ ਨੂੰ ਉਹਨਾਂ ਅੱਖਾਂ 'ਚ ਹੰਝੂ ਨਹੀਂ ਨਜ਼ਰ ਆਏ। ਉਹ ਹੈਰਾਨ ਸੀ ਕਿ ਆਂਟੀ ਨੇ ਜਿਹੜਾ ਝੋਰਾ ਝੂਰਿਆ ਸੀ ਉਹ ਸੱਚ ਸੀ ਕਿ ਐਵੇਂ ਆਂਟੀ ਦਾ ਭਰਮ ਹੀ ਸੀ। ਕੁੰਦਨ ਨੇ ਮਧੂ ਦੇ ਲੱਕ ਦੁਆਲੇ ਬਾਂਹ ਬੁਲਾ ਕੇ ਨੀਵਾਂ ਹੋ ਕੇ ਉਹਦੇ ਬੁੱਲਾਂ ਨੂੰ ਚੁੰਮਿਆ। ਪਹਿਲੀ ਛੋਹ ਤੋਂ ਪਹਿਲਾਂ ਚੁੰਮਣ ਸਵਾਦ ਸਵਾਦ ਹੋਈ, ਮਧੂ ਮੰਤਰ ਮੁਗਧ ਹੋਈ। ਉਵੇਂ ਕੁੰਦਨ ਦੇ ਪਤਲੇ ਸਰੀਰ ਦੁਆਲੇ ਬਾਹਾਂ ਵਲ ਕੇ ਖਲੀ ਰਹੀ। ਆਂਟੀ ਨੇ ਬਾਹਰੋਂ ਬਿੜਕ ਲਈ, ਅੰਦਰੋਂ ਕੋਈ ਖੜਕਾਰ ਨਹੀਂ ਹੋਇਆ, ਗੱਲਾਂ ਦੀ ਆਵਾਜ਼ ਵੀ ਕੋਈ ਨਹੀਂ। ਉਹਦਾ ਤੇ ਖਿਆਲ ਸੀ ਕਿ ਕੁੰਦਨ ਮਧੂ ਕੋਲੋਂ ਰੋਣ ਦਾ ਅਤੇ ਮੀਟਿੰਗ 'ਤੇ ਨਾ ਆਉਣ ਦਾ ਦੀ ਵਜ੍ਹਾ ਪੁੱਛੇਗਾ, ਪਰ ਅੰਦਰ 'ਤੇ ਚੁੱਪ ਚਾਂ ਵਰਤੀ ਹੋਈ ਸੀ। ਫਿਰ ਵੀ ਉਹਨੇ ਇਸ ਚੁੱਪ ਬਾਰੇ ਬਾਹਲਾ ਨਹੀਂ ਸੋਚਿਆ, ਕਿਉਂਕਿ ਉਹਨੂੰ ਨਾ ਹੀ ਮਧੂ ਅਤੇ ਨਾ ਹੀ ਕੁੰਦਨ ਦੀ ਨੇੜਤਾ ਬਾਰੇ ਕੋਈ ਸੰਦੇਸ਼ ਸੀ। ਹੋ ਹੀ ਨਹੀਂ ਸੀ ਸਕਦਾ, ਕਿਉਂਕਿ ਜਿਸ ਮਕਸਦ ਲਈ ਉਹਨੇ ਦੋਹਾਂ ਨੂੰ ਨੇੜੇ ਲਿਆਂਦਾ ਸੀ ਉਸ ਮਕਸਦ ਵਾਸਤੇ ਗੱਲਾਂ ਦਿਲ ਨੂੰ ਲਾਉਣ ਦੀ ਲੋੜ ਨਹੀਂ ਸੀ। ਡਰਾਮੇ 'ਚ ਰੋਲ ਕਰਨ ਵਾਲੇ ਅਭਿਨੇਤਾ ਸੱਚੀ ਉਸ ਭੂਮਿਕਾ ਨਾਲ ਹੀ ਜੁੜ ਜਾਂਦਾ। ਕੁੰਦਨ ਦੇ ਭਾਵੇਂ ਕਿਸੇ ਭੁਲੇਖੇ 'ਚ ਹੋਵੇ, ਪਰ ਉਹਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਸੀ ਕਿ ਮਧੂ ਸਿਰਫ ਇਸ ਨਾਟਕ ਦੀ ਅਭਿਨੇਤਰੀ ਸੀ, ਪਾਤਰ ਨਹੀਂ। ਉਹਨੂੰ ਕੀ ਪਤਾ ਸੀ ਕਿ ਮਧੂ ਆਪਣੀ ਨਾਟਕੀ ਭੂਮਿਕਾ ਕਰਦੀ ਕਰਦੀ ਆਪ ਹੀ ਪਾਤਰ ਬਣ ਗਈ ਸੀ ਅਤੇ ਇਹ ਖੇਡ ਨਾਟਕ ਨਹੀਂ ਸੀ ਰਹੀ, ਸਗੋਂ ਉਹਦੇ ਮਨ 'ਚ ਭਾਵਨਾ ਜਾਗ ਪਈ ਸੀ ਜਿਹਨੇ ਉਹਨੂੰ ਆਪਣੀ ਭੂਮਿਕਾ ਪ੍ਰਤੀ ਗਿਲਾਨੀ ਨਾਲ ਭਰ ਦਿੱਤਾ ਸੀ। ਪਰ ਉਹਦੀ ਮਾਂ ਨੂੰ ਉਹਦੇ ਮਨ 'ਚ ਆਈ ਤਬਦੀਲੀ ਦਾ ਕੋਈ ਪਤਾ ਨਹੀਂ ਸੀ। ਕੁੰਦਨ ਨੇ ਮਧੂ ਨੂੰ ਮੰਜੀ 'ਤੇ ਬਿਠਾ ਦਿੱਤਾ। ਉਹਦਾ ਜੀ 'ਤੇ ਕਰਦਾ ਸੀ ਕਿ ਉਹਦੇ ਨਾਲ ਢੁੱਕ ਕੇ ਬਹਿ ਜਾਏ, ਪਰ ਉਹਨੂੰ ਇਹ ਵੀ ਪਤਾ ਸੀ ਕਿ ਆਂਟੀ ਨੇ ਹੁਣੇ ਚਾਹ ਲੈ ਕੇ ਅੰਦਰ ਆ ਜਾਣਾ ਅਤੇ ਅਚਨਚੇਤੇ ਆਉਣ ਨਾਲ ਸਨ ਤੋਂ ਫੜੀਨ ਵਾਲੀ ਗੱਲ ਹੋ ਜਾਣੀ ਸੀ। ਜਿਹੜੀ ਭਲ ਕੁੰਦਨ ਦੀ ਇਸ ਘਰ 'ਚ ਬਣੀ ਹੋਈ ਸੀ ਉਹ ਭਲ ਕੁੰਦਨ ਹਾਲੇ ਗਵਾਉਣਾ ਨਹੀਂ ਸੀ ਚਾਹੁੰਦਾ। ਉਹ ਸਾਹਮਣੀ ਕੁਰਸੀ 'ਤੇ ਬਹਿ ਗਿਆ। ਪੁੱਛਾਂ ਕਿ ਨਾ, ਇਹ ਸਵਾਲ ਕੁੰਦਨ ਦੇ ਮਨ 'ਚ ਸੀ ਕਿ ਉਹਦਾ ਇਸ ਘਰ 'ਤੇ ਇੰਨਾ ਹੱਕ ਬਣ ਗਿਆ ਸੀ ਕਿ ਉਹਦੀ ਗੈਰ ਹਾਜ਼ਰੀ 'ਚ ਹੋਈਆਂ ਗੱਲਾਂ ਬਾਰੇ ਮਧੂ ਕੋਲੋਂ ਪੁੱਛ ਸਕਦਾ।
ਜਿਹੜੀ ਨੇੜਤਾਜ ਬਣੀ ਸੀ ਉਹਨੇ ਕੁੰਦਨ ਨੂੰ ਇਹ ਹੱਕ ਦਵਾ ਦਿੱਤਾ ਜਾਪਦਾ ਸੀ, ਪਰ ਇੱਕੋ ਪਲ ਦੀ ਛੋਹ ਨਾਲ ਉਹ ਆਪਣੇ ਆਪ ਨੂੰ ਇਹ ਹੱਕ ਵਰਤਣ ਦੇ ਯੋਗ ਨਹੀਂ ਸੀ ਸਮਝਦਾ। ਉਡੀਕ ਲੈਂਦੇ ਹਾਂ, ਸ਼ਾਇਦ ਮਧੂ ਆਪੇ ਹੀ ਕੋਈ ਗੱਲ ਕਰੇ, ਉਸ ਵੇਲੇ ਮੈਂ ਸਮਝਾ ਲਵਾਂਗਾ ਕਿ ਮਧੂ ਨੇ ਮੈਨੂੰ ਇਹ ਹੱਕ ਦੇ ਦਿੱਤਾ। ਪਰ ਹਾਲੀ ਉਡੀਕਣਾ ਹੀ ਬਣਦਾ। ਉਹਨੇ ਉਹੀ ਗੱਲ ਸ਼ੁਰੂ ਕੀਤੀ ਜਿਸ ਬਾਰੇ ਉਹ ਨਿਰਸੰਕੋਚ ਕੁੰਦਨ ਨੂੰ ਪੁੱਛ ਵੀ ਸਕਦੀ ਸੀ ਤੇ ਗਿਲਾ ਵੀ ਕਰ ਸਕਦਾ। ਪਰ ਗੱਲ ਸ਼ੁਰੂ ਕੀਤੀ ਕੁੰਦਨ ਨੇ, ਅੱਜ ਮੀਟਿੰਗ ਤੇ ਨਹੀਂ ਆਈ? ਮਧੂ ਚੁੱਪ ਰਹੀ। ਬਾਹਰੋਂ ਪਿਆਲੀਆਂ ਖੜਕਣ ਦੀ ਆਵਾਜ਼ ਆਈ। ਕੁੰਦਨ ਦੇ ਅੰਦਰ ਕਈ ਸਵਾਲ ਸੀ, ਪਰ ਪਿਆਲੀਆਂ ਦਾ ਖੜਾਕ ਸੁਣ ਕੇ ਉਹ ਵੀ ਚਾਹ ਦੇ ਅੰਦਰ ਆਉਣ ਦੀ ਉਡੀਕ ਕਰਨ ਲੱਗ ਪਿਆ। ਜਦੋਂ ਦੀ ਮਧੂ ਦੀ ਨੌਕਰੀ ਲੱਗੀ ਸੀ ਉਦੋਂ ਦੀ ਉਹਨਾਂ ਦੇ ਘਰ ਸ਼ੀਸ਼ੇ ਦੇ ਗਲਾਸਾਂ ਦੀ ਥਾਂ ਚੀਨੀ ਦੇ ਕੱਪਾਂ 'ਚ ਵਰਤੀਂਦੀ ਸੀ, ਤੇ ਜਦੋਂ ਕੁੰਦਨ ਆਇਆ ਹੋਵੇ ਉਦੋਂ ਤੇ ਆਂਟੀ ਇਹ ਉਚੇਚ ਕਰਨੋਂ ਨਹੀਂ ਸੀ ਉੱਕਦੇ। ਕਰਨ ਵਾਲੀਆਂ ਤੇ ਪੁੱਛਣ ਵਾਲੀਆਂ ਗੱਲਾਂ ਵਿੱਚੇ ਰਹਿ ਗਈਆਂ। ਆਂਟੀ ਵੀ ਮਧੂ ਦੇ ਨਾਲ ਹੀ ਮੰਜੀ 'ਤੇ ਬਹਿ ਗਈ। ਨਾਲ ਪਈ ਤਪਾਈ ਤੇ ਉਹਨੇ ਤਿੰਨਾਂ ਕੱਪਾਂ 'ਚ ਚਾਹ ਪਾਈ। ਗੁਆਂਢੀਆਂ ਦੇ ਘਰੋਂ ਆਈ ਮੱਠੀ ਤੇ ਖੁਰਮੇ ਪਲੇਟ 'ਚ ਪਾ ਕੇ ਕੁੰਦਨ ਅੱਗੇ ਕੀਤੇ। ਕੁੰਦਨ ਨੇ ਜਦੋਂ ਖੁਰਮਾ ਚੁੱਕ ਕੇ ਮੂੰਹ 'ਚ ਪਾਇਆ ਤਾਂ ਆਂਟੀ ਨੇ ਪੁੱਛਦੀਆਂ ਨਜ਼ਰਾਂ ਨਾਲ ਕੁੰਦਨ ਵੱਲ ਤੱਕਿਆ। ਕੁੰਦਨ ਨੇ ਇਸ ਪੁੱਛ ਦੀ ਤੱਕਣੀ ਨੂੰ ਅਣਗੌਲਿਆ ਕਰ ਦਿੱਤਾ, ਕਿਉਂਕਿ ਹਾਲੀ ਉਹਦੇ ਕੋਲ ਕਹਿਣ ਨੂੰ ਕੁਛ ਨਹੀਂ ਸੀ। ਕੁੰਦਨ ਨੇ ਅੱਗੋਂ ਹੋਰ ਗੱਲਾਂ ਸ਼ੁਰੂ ਕਰ ਦਿੱਤੀਆਂ। ਅੱਜ ਦੀ ਚਾਹ ਪਾਰਟੀ ਦੀਆਂ ਗੱਲਾਂ ਕਰਦਾ ਕਰਦਾ ਉਹ ਅਗਲੇਰੇ ਪ੍ਰੋਗਰਾਮ ਬਾਰੇ ਗੱਲਾਂ ਕਰਨ ਲੱਗ ਪਿਆ। ਸਵੇਰੇ ਮੈਂ ਜਲੰਧਰ ਜਾਣਾ ਹੈ। ਕੀ ਕੰਮ? ਮਧੂ ਨੇ ਨਹੀਂ, ਆਂਟੀ ਨੇ ਪੁੱਛਿਆ। ਇਹ ਤੇ ਉੱਥੇ ਜਾ ਕੇ ਹੀ ਪਤਾ ਲੱਗੇਗਾ, ਸਿਰਫ ਇਹੀ ਸੁਨੇਹਾ ਆਇਆ ਸੀ, ਪਹੁੰਚੋ, ਸਵੇਰੇ ਉੱਧਰ ਹੀ ਚਲੇ ਜਾਣਾ। ਕੁੰਦਨ ਨੇ ਸਾਰੀ ਗੱਲ ਨਿਰਸੰਕੋਚ ਦੱਸੀ। ਆਂਟੀ ਦੀ ਤਸੱਲੀ ਨਹੀਂ ਹੋਈ। ਮਧੂ ਨੇ ਕੁੰਦਨ ਵਾਲੇ ਇੰਝ ਤੱਕਿਆ ਜਿਕਣ ਕੋਈ ਇਸ਼ਾਰਾ ਕਰਨਾ ਚਾਹੁੰਦੀ ਹੋਵੇ, ਪਰ ਉਹਦੀ ਤੱਕਣੀ ਦਾ ਭੇਤ ਨਾ ਆਂਟੀ ਨੂੰ ਤੇ ਨਾ ਕੁੰਦਨ ਨੂੰ ਸਮਝ ਆਇਆ। ਅਸਲ 'ਚ ਕੁੰਦਨ ਦੇ ਮਨ 'ਚ ਕੋਈ ਸੰਦੇਹ ਨਹੀਂ ਸੀ ਤੇ ਆਂਟੀ ਨੂੰ ਮਧੂ ਦੇ ਪਛਤਾਵੇ ਦਾ ਪਤਾ ਨਹੀਂ ਸੀ। ਸ਼ਾਇਦ ਮਧੂ ਕੁੰਦਨ ਨੂੰ ਗੱਲ ਕਰਨ ਨੂੰ ਰੋਕਣਾ ਚਾਹੁੰਦੀ ਹੋਵੇ, ਕਿਉਂਕਿ ਜਿਸ ਗੱਲੇ ਉਹ ਅੱਜ ਰੋਈ ਸੀ ਉਹ ਗੱਲ ਹਾਲੇ ਸਿਰਫ ਉਹਦੇ ਮਨ 'ਚ ਸੀ। ਉਹਦੇ ਦਿਲ ਵਿੱਚ ਫਰਕ ਪੈ ਗਿਆ ਸੀ। ਅੱਗੇ ਮਾਵਾਂ ਧੀਆਂ ਦੀ ਗੱਲ ਸਾਂਝੀ ਸੀ, ਪਰ ਅੱਜ ਉਹ ਦਿਹਾੜਾ ਸੀ ਜਦੋਂ ਉਹਦੀ ਤੇ ਮਾਂ ਦੀ ਸਾਂਝ ਮੱਧਮ ਪੈ ਗਈ ਸੀ। ਮਾਂ ਨੂੰ ਹਾਲੇ ਇਸ ਦਾ ਪਤਾ ਨਹੀਂ ਸੀ ਤੇ ਮਧੂ ਨੂੰ ਜੋ ਗੱਲ ਮਹਿਸੂਸ ਹੋਈ ਸੀ ਉਹ ਹਾਲੇ ਉਹਦੇ ਮਨ ਵਿੱਚ ਹੀ ਸੀ। ਆਮਣੇ ਸਾਹਮਣੇ ਬੈਠੇ ਹੋਏ ਉਹ ਤਿੰਨੋਂ ਵੱਖੋ ਵੱਖਰੀ ਦਿਸ਼ਾ ਵੱਲ ਸੋਚ ਰਹੇ ਸਨ। ਆਂਟੀ ਦਾ ਮਨ ਸੀ ਕਿ ਉਹ ਕੁੰਦਨ ਕੋਲੋਂ ਅਗੇਰੇ ਦੀ ਗੱਲ ਪੁੱਛੇ, ਤੇ ਮਧੂ ਦਾ ਚਿੱਤ ਸੀ ਕਿ ਗੱਲ ਅੱਗੇ ਨਾ ਟੁਰੇ, ਨਹੀਂ ਤੇ ਉਹਦਾ ਰੋਣ ਨਿਕਲ ਜਾਏਗਾ। ਪਰ ਉਹ ਸਿੱਧੇ ਤੌਰ 'ਤੇ ਨਾ ਕੁੰਦਨ ਨੂੰ ਤੇ ਨਾ ਮਾਂ ਨੂੰ ਮਨ੍ਹਾ ਕਰ ਸਕਦੀ ਸੀ। ਮਾਂ ਨੂੰ ਉੱਥੋਂ ਉੱਠ ਜਾਣ ਲਈ ਵੀ ਨਹੀਂ ਸੀ ਕਹਿ ਸਕਦੀ। ਉਹਦੇ ਮਨ 'ਚ ਆਇਆ ਕਿ ਉਹ ਕੁੰਦਨ ਨਾਲ ਬਾਹਰ ਘੁੰਮਣ ਲਈ ਮਾਂ ਨੂੰ ਪੁੱਛੇ, ਪਰ ਆਪਣੇ ਮਨ ਦੀ ਦੁਬਿਧਾ ਕਰਕੇ ਉਹ ਕਹਿਣੋਂ ਅਟਕੀ ਰਹੀ। ਇਹੀ ਉਡੀਕਦੀ ਰਹੀ ਕਿ ਜਾਂ ਤੇ ਮਾਂ ਹੀ ਉਹਨੂੰ ਕੁੰਦਨ ਨਾਲ ਬਾਹਰ ਘੁੰਮਾਉਣ ਲਈ ਕਹਿ ਦੇਵੇ ਜਿਵੇਂ ਕਿ ਅੱਗੇ ਕਹਿ ਦਿੰਦੀ ਸੀ, ਤੇ ਜਾਂ ਫਿਰ ਕੁੰਦਨ ਹੀ ਉਹਨੂੰ ਬਾਹਰ ਚੱਲਣ ਲਈ ਕਹੇ, ਇਸ਼ਾਰਾ ਹੀ ਚੱਕ ਕਰੇ। ਅੱਛਾ ਮੈਂ ਰੋਟੀ ਬਣਾਉਣੀ ਆ, ਉਨੀ ਦੇਰ ਤੁਸੀਂ ਫਿਰ ਤੋਂ ਰਹੋ। ਜਦੋਂ ਆਂਟੀ ਨੇ ਇਹ ਗੱਲ ਆਖੀ ਤਾਂ ਦੋਹਾਂ ਨੂੰ ਸੁੱਖ ਦਾ ਸਾਹ ਆਇਆ। ਮਧੂ ਦਾ ਤੇ ਖੁਸ਼ੀ ਜਿਹੀ ਨਾਲ ਦਿਲ ਵੀ ਜ਼ੋਰ ਨਾਲ ਧੜਕਿਆ। ਮਾਤਾ ਟੇ ਚੁੱਕ ਕੇ ਬਾਹਰ ਚਲੀ ਗਈ। ਕੁੰਦਨ ਨੇ ਮਧੂ ਵੱਲ ਤੱਕਿਆ, ਕੱਪੜੇ ਬਦਲ ਲਵਾਂ? ਕੀ ਲੋੜ ਹੈ, ਵਕਤ ਨਾ ਜਾਇਆ ਕਰ। ਸਤਸੰਗ ਰੋਡ ਤੋਂ ਹੁੰਦੇ ਹੋਏ ਸਿਵਲ ਸਰਜਨ ਦੇ ਦਫ਼ਤਰ ਦੇ ਸਾਹਮਣੇ ਉਲੰਘ ਕੇ ਸਮਿਟੀ ਰੋਡ 'ਤੇ ਆ ਗਏ। ਕੋਈ ਕੋਈ ਖੰਭਾ ਜਗਦਾ ਪਿਆ ਸੀ। ਅੱਧ ਪਚੱਧੀ ਹਨੇਰੀ ਸੜਕ 'ਤੇ ਟੁਰਦਿਆਂ ਕੁੰਦਨ ਨੇ ਮਧੂ ਦਾ ਹੱਥ ਫੜ ਲਿਆ। ਅੱਜ ਹੀ ਮਿਲਣੀ ਤੋਂ ਪਿੱਛੋਂ ਉਹਨੂੰ ਉਮੀਦ ਸੀ ਕਿ ਮਧੂ ਆਪਣਾ ਹੱਥ ਛੁਡਾਏਗੀ ਨਹੀਂ, ਇਵੇਂ ਹੀ ਹੋਇਆ। ਕੁੰਦਨ ਦਾ ਮਨ ਕੀਤਾ ਮਧੂ ਦੇ ਲੱਕ ਦੁਆਲੇ ਬਾਂਹ ਬੁਲਾ ਲਵੇ, ਪਰ ਉਹਨੇ ਇਕਾਂਤ ਵਿੱਚ ਵੀ ਉਹ ਖੁੱਲ੍ਹ ਨਹੀਂ ਲਈ। ਪਤਾ ਨਹੀਂ ਕਿਉਂ ਉਹਦਾ ਸਰਕਦਾ ਹੱਥ ਰੁਕ ਗਿਆ। ਅਸਲ 'ਚ ਉਹਨੂੰ ਆਂਟੀ ਦੀ ਗੱਲ ਦਾ ਚੇਤਾ ਆ ਗਿਆ ਸੀ ਵੀ ਇੰਨਾ ਪਿੰਡਾ ਉਹ ਮਧੂ ਦੇ ਸਾਥ ਦੇ ਸਵਾਦ ਬਿਨਾਂ ਗੱਲ ਕੀਤੀਆਂ ਹੀ ਲੰਘ ਆਇਆ ਸੀ। ਹੋਰ ਗੱਲਾਂ ਉਹਨੇ ਕੀਤੀਆਂ ਸਨ, ਪਰ ਆਂਟੀ ਦੀ ਗੱਲ ਇਸ ਸਵਾਦ ਵਿੱਚ ਵਿਸਰ ਗਈ ਸੀ। ਹੁਣ ਦੱਸ ਆਂਟੀ ਕੀ ਕਹਿੰਦੀ ਸੀ? ਕੁਛ ਨਹੀਂ, ਐਵੇਂ ਕਈ ਗੱਲਾਂ ਮਨ 'ਚ ਆ ਗਈਆਂ ਸੀ, ਮੈਨੂੰ ਦੱਸਣ ਵਾਲੀਆਂ ਨਹੀਂ। ਇਹੋ ਤਾਂ ਮਸਲਾ ਹੈ, ਤੁਸੀਂ ਸਾਰੇ ਇੰਨੇ ਚੰਗੇ ਹੋ ਅਤੇ ਮੈਂ, ਤੂੰ ਵੀ ਬੜੀ ਚੰਗੀ ਹੈ, ਸੋਹਣੀ ਲੱਗਦੀ ਹੈ, ਪਿਆਰੀ ਹੈ, ਸਾਡੇ ਮਨ 'ਚ ਕੋਈ ਗੱਲ ਵੀ ਨਹੀਂ ਹੈਗੀ। ਮਧੂ ਨੇ ਦੋਵਾਂ ਹੱਥਾਂ ਨਾਲ ਕੁੰਦਨ ਦੀ ਬਾਂਹ ਨੂੰ ਫੜ ਕੇ ਆਪਣਾ ਸਿਰ ਉਹਦੇ ਮੋਢੇ 'ਤੇ ਰੱਖ ਦਿੱਤਾ ਅਤੇ ਡੁਸਕਣ ਲੱਗ ਪਈ। ਕੀ ਗੱਲ ਮਧੂ? ਬਸ ਮੈਨੂੰ ਆਪਣੇ ਆਪ 'ਤੇ ਗੁੱਸਾ ਆਉਂਦਾ, ਇਹ ਮੈਂ ਕੀ ਪਈ ਕਰਦੀ ਹਾਂ? ਕੁਝ ਪਤਾ ਵੀ ਲੱਗੇ, ਆਂਟੀ ਵੀ ਬੁਝਾਰਤਾ ਪਾਉਂਦੇ ਸੀ ਅਤੇ ਤੂੰ ਵੀ। ਮੈਨੂੰ CID ਵਾਲੇ ਬੜਾ ਤੰਗ ਕਰਦੇ ਨੇ। ਕਿਉਂ ਕਿਉਂ? ਕਦੀ ਕੁਛ ਪੁੱਛਣ ਆ ਜਾਂਦੇ ਨੇ, ਕਦੀ ਕੁਛ। ਉਹਨਾਂ ਦੀ ਇੰਨੀ ਹਿੰਮਤ ਨਹੀਂ? ਉਹਨਾਂ ਦੀ ਹਿੰਮਤ ਨਹੀਂ, ਮੇਰੀ ਬੁਜ਼ਦਲੀ ਹੈ। ਉਹ ਕਿਵੇਂ? ਜਦੋਂ ਉਹਨਾਂ ਨੇ ਸਕੂਲੇ ਆ ਕੇ ਮੈਨੂੰ ਡਰਾਇਆ ਸੀ ਉਦੋਂ ਤੇ ਮੈਥੋਂ ਕਈ ਗੱਲਾਂ ਪੁੱਛਣ ਆ ਜਾਂਦੇ ਨੇ। ਕੁੰਦਨ ਦਾ ਦਿਲ ਘਾਉਂ ਮਾਉਂ ਹੋ ਗਿਆ। ਮਧੂ ਦੀ ਗੱਲ ਸੁਣ ਕੇ ਚੁੱਪ ਕਰ ਗਿਆ। ਮਧੂ ਦੇ ਹੱਥਾਂ 'ਚ ਫੜੀ ਹੋਈ ਬਾਂਹ ਕੱਸੀ ਗਈ।
ਜਾ ਜਾਂਦੀਏ ਬੋਲਦੇ ਨਹੀਂ ਆਈ ਐਮ ਸੌਰੀ ਇਸ ਕਰਕੇ ਅੱਜ ਮੇਰਾ ਰੋਣਾ ਨਹੀਂ ਸੀ ਖਲੋਂਦਾ ਸੋਚਦੀ ਸਾਂ ਮੈਂ ਕੀ ਕਰਦੀ ਰਹੀ ਹਾਂ ਤੁਸੀਂ ਸਾਰੇ ਇੰਨੇ ਚੰਗੇ ਹੋ ਕੀ ਸੋਹਣੀਆਂ ਗੱਲਾਂ ਕਰਕੇ ਕੁੰਦਨ ਚੰਗਾ ਸੀ ਆਪਣੀ ਸ਼ਾਇਰੀ ਕਰਕੇ ਚੰਗਾ ਸੀ ਆਪਣੀ ਸਿਆਣਪ ਦੀ ਲਿਆਕਤ ਕਰਕੇ ਚੰਗਾ ਸੀ ਰਾਤਾਂ ਨੂੰ ਹਨੇਰੀਆਂ ਸੜਕਾਂ 'ਤੇ ਘੁੰਮਦਿਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਚੰਗਾ ਸੀ ਇਨਕਲਾਬ ਦੇ ਸੁਪਨੇ ਦੀ ਪੂਰਤੀ ਲਈ ਗਰੀਬੀ ਹੰਢਾਣ ਕਰਕੇ ਚੰਗਾ ਸੀ ਮਧੂ ਨੂੰ ਕੁਛ ਸਮਝ ਨਹੀਂ ਸੀ ਆਉਂਦਾ ਕਿ ਉਹ ਕਿਹੜੀਆਂ ਗੱਲਾਂ ਕਰਕੇ ਚੰਗਾ ਸੀ ਪਰ ਇਹ ਪਤਾ ਸੀ ਕਿ ਉਹ ਚੰਗਾ ਸੀ ਉਹਨੂੰ ਚੰਗਾ ਲੱਗਾ ਸੀ ਸ਼ਾਇਦ ਇਸ ਚੰਗੇ ਲੱਗਣ ਨੇ ਉਹਨੂੰ ਚੰਗਾ ਬਣਾ ਦਿੱਤਾ ਸੀ ਅਤੇ ਅੱਜ ਇਸ ਚੰਗਿਆਈ ਨੇ ਉਹਨੂੰ ਉਦਾਸ ਕਰ ਦਿੱਤਾ ਸੀ ਇਸ ਚੰਗਿਆਈ ਨੂੰ ਉਹਨੇ ਧੋਖਾ ਦਿੱਤਾ ਸੀ ਪਰ ਅੱਜ ਜਦੋਂ ਉਹਨੇ ਆਪਣੀ ਖੁਨਾਮੀ ਮੰਨਣ ਦਾ ਮਨ ਬਣਾ ਲਿਆ ਸੀ ਤਾਂ ਉਹਦੇ ਮਨ 'ਤੇ ਬੋਝ ਘਟਣ ਦੀ ਥਾਂ ਵੱਧ ਗਿਆ ਸੀ ਕਿਉਂਕਿ ਉਹਨੇ ਉਹ ਕੁਝ ਗੁਆ ਲਿਆ ਸੀ ਜਿਹਦਾ ਮੁੱਲ ਉਹਨੂੰ ਹੁਣ ਪਤਾ ਲੱਗਾ ਸੀ ਕੁੰਦਨ ਦਾ ਸਾਥ ਤੇ ਚੰਗਿਆਈ ਅਮੋਲਕ ਸੀ ਪਰ ਅੱਜ ਮਧੂ ਇਸ ਅਮੋਲਕ ਸਾਥ ਤੋਂ ਵੰਚਿਤ ਹੋਣ ਵਾਲੀ ਸੀ ਜਿਹੜੀ ਚੰਗਿਆਈ ਉਹਨੇ ਜਾਣੀ ਸੀ ਉਹੀ ਚੰਗਿਆਈ ਅੱਜ ਉਹਨੂੰ ਕੁੰਦਨ ਤੇ ਉਹਦੇ ਸਾਥੀਆਂ ਦੀ ਚੰਗਿਆਈ ਤੋਂ ਦੂਰੀ ਦਾ ਕਾਰਨ ਬਣਨ ਵਾਲੀ ਸੀ ਵਾਪਸ ਪਰਤੀਏ ਕੁੰਦਨ ਨੇ ਮਧੂ ਦੇ ਲੱਕ ਦੁਆਲੇ ਬਾਂਹ ਬੁਲਾ ਕੇ ਪੁੱਛਿਆ ਮਧੂ ਨੂੰ ਭਰਮ ਪਿਆ ਕਿ ਕੁੰਦਨ ਨੇ ਉਹਦੇ ਲੱਕ ਦੁਆਲੇ ਬਾਂਹ ਬੁਲਾ ਕੇ ਉਹਨੂੰ ਮਾਫ਼ ਕਰਨ ਦਾ ਇਸ਼ਾਰਾ ਕੀਤਾ ਸੀ ਉਹਨੂੰ ਨਹੀਂ ਸੀ ਪਤਾ ਕਿ ਕੁੰਦਨ ਉਸ ਵੇਲੇ ਆਪਣੇ ਮਨ ਅੰਦਰ ਲਈ ਉਥਲ ਪੁਥਲ ਨਿਰਾਸ਼ਾ ਤੇ ਹੈਰਾਨੀ ਨੂੰ ਸਾਂਭਣ ਦੇ ਆਰ ਵਿੱਚ ਸੀ ਤੇ ਮਧੂ ਦੇ ਲੱਕ ਦੁਆਲੇ ਬਾਂਹ ਲਾ ਕੇ ਭੁਲੇਖੇ 'ਚ ਰੱਖਣਾ ਚਾਹੁੰਦਾ ਸੀ ਤਾਂ ਜੋ ਉਹ ਆਪਣੇ ਮਨ ਨਾਲ ਫੈਸਲਾ ਕਰ ਸਕੇ ਕਿ ਮਧੂ ਕੋਲੋਂ ਉਹਨੂੰ ਕੀ ਮਿਲਿਆ ਸੀ ਅਤੇ ਕਿੰਨਾ ਕੁਛ ਉਸ ਗੁਆਇਆ ਸੀ ਇਹ ਲੈਣ ਦੇਣ ਉਹ ਮਾਨਸਿਕ ਭੁੱਖ ਅਤੇ ਭੁਲੇਵੇਂ ਵਾਲੀ ਤ੍ਰਿਪਤੀ ਉੱਤੇ ਟਿਕਿਆ ਹੋਇਆ ਸੀ ਅੱਜ ਤਾਂ ਮਧੂ ਨੇ ਸੱਚੇ ਮਨੋਂ ਉਹਨੂੰ ਪ੍ਰਵਾਨ ਕੀਤਾ ਸੀ ਅਤੇ ਅੱਜ ਹੀ ਇਹ ਲੈਣ ਦੇਣ ਮੁੱਕ ਮੁਕਾ ਗਿਆ ਸੀ ਕੀ ਮਧੂ ਨੂੰ ਉਹਦੀ ਖੁਨਾਮੀ ਦੀ ਸਜ਼ਾ ਦਿੱਤੀ ਜਾ ਸਕਦੀ ਸੀ ਪਰ ਕੀ ਉਹ ਸਜ਼ਾ ਦੇਣ ਦਾ ਹੱਕਦਾਰ ਸੀ ਕੀ ਮਧੂ ਦੇ ਮਨ ਦੀ ਤਬਦੀਲੀ ਦੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਸੀ ਜਾਂ ਇਨਾਮ ਮਿਲਣਾ ਚਾਹੀਦਾ ਸੀ ਕੁੰਦਨ ਜੇ ਉਹਨੂੰ ਮਾਫ਼ ਕਰ ਦੇ ਤਾਂ ਸਮਝ ਲਵੇ ਕਿ ਮਧੂ ਦਾ ਮਨ ਧੋਤਾ ਗਿਆ ਸੀ ਤਾਂ ਸ਼ਾਇਦ ਮਧੂ ਸੋਚੇ ਸੱਚੇ ਦਿਲੋਂ ਉਹਦੀ ਹੋ ਜਾਏ ਪਰ ਕੁੰਦਨ ਨੂੰ ਪਤਾ ਸੀ ਕਿ ਮਧੂ ਚਾਹੇ ਵੀ ਤਾਂ CID ਵਾਲੇ ਉਹਨੂੰ ਪਰੇਸ਼ਾਨ ਕਰਨ ਦਾ ਕੋਈ ਨਾ ਕੋਈ ਰਾਹ ਜ਼ਰੂਰ ਲੱਭ ਲੈਣਗੇ ਉਹਨੂੰ ਬਲੈਕਮੇਲ ਕਰਨਗੇ ਮਧੂ ਉਹਨਾਂ ਅੱਗੇ ਖਲੋ ਨਹੀਂ ਸਕੇਗੀ ਅਤੇ ਮਧੂ ਦੇ ਬਾਰ ਬਾਰ ਪੁੱਛਣ 'ਤੇ ਕੁੰਦਨ ਨੇ ਉਹਨੂੰ ਆਪਣੇ ਨਾਲ ਲਾ ਲਿਆ ਅਤੇ ਵਾਪਸ ਪਰਤਦਿਆਂ ਸਤਸੰਗ ਰੋਡ ਦੇ ਹਨੇਰੇ 'ਚ ਚੁੱਕ ਕੇ ਉਹਨੂੰ ਚੁੰਮ ਵੀ ਲਿਆ ਉਹਦੇ ਘਰ ਦੀਆਂ ਦਲੀਜਾਂ ਲੰਘਾ ਕੇ ਰੋਟੀ ਖਾ ਕੇ ਜਾਣ ਤੋਂ ਇਨਕਾਰ ਕਰਦਾ ਹੋਇਆ ਬਾਹਰ ਕੰਧ ਨਾਲ ਖਲੇ ਸਾਈਕਲ ਦਾ ਜਿੰਦਰਾ ਖੋਲ੍ਹ ਕੇ ਰੱਖ ਬਾਗ ਕਮਿਊਨ ਬਾਗ ਵੱਲ ਰਵਾਨਾ ਹੋ ਗਿਆ ਅੱਜ ਤਾਂ ਉੱਥੇ ਛਾਪਾ ਵੀ ਨਹੀਂ ਸੀ ਪੈਣਾ ਪਰ ਕੁੰਦਨ ਨੂੰ ਇੰਝ ਲੱਗਦਾ ਉਹਦੇ ਦਿਲ 'ਤੇ ਛਾਪਾ ਪੈ ਗਿਆ ਹੋਵੇ ਧੰਨਵਾਦ।